ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਲੜੀ ਲੜਾਈ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਾਲ ਸਿੱਧਾ ਮੱਥਾ ਲਾ ਲਿਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਖੇ ਰੇਲ ਰੋਕੋ ਅੰਦolan ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਜੰਡੇਆਲਾ ਗੁਰੂ ਦੇ ਪਿੰਡ ਦੇਵੀ ਦਾਸਪੁਰਾ ਦੇ ਨਜ਼ਦੀਕ ਕਿਸਾਨ ਜਿਹੜੇ ਨੇ ਰੇਲਵੇ ਟ੍ਰੈਕ ਤੇ ਬੈਠਣੇ ਸ਼ੁਰੂ ਹੋ ਗਏ ਨੇ ਪੱਕੇ ਤੌਰ ਤੇ ਜਿਹੜੇ ਮੋਰਚੇ ਨੇ ਉਹ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਸਤਨਾਮ ਸਿੰਘ ਪੰਨੂ ਤੇ ਸਰਵੰਤ ਸਿੰਘ ਪੰਦੇਰ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕਿਸਾਨ ਜਿਹੜੇ ਮਾਜੇ ਦੇ ਵਕ ਵਕ ਪਿੰਡਾਂ ਦੇ ਵਿੱਚੋਂ ਇੱਥੇ ਪਹੁੰਚ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਚਾਰ ਪੁਆਇੰਟ ਨੇ ਦਵਾਬੇ ਦੇ ਵਿੱਚ ਮਾਲਵੇ ਦੇ ਵਿੱਚ ਵੀ ਜਿਹੜੀਆਂ ਟ੍ਰੇਨਾਂ ਨੇ ਉਹ ਕਿਸਾਨਾਂ ਵੱਲੋਂ ਰੋਕੀਆਂ ਗਈਆਂ ਨੇ ਤਾ ਕਿਸਾਨ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ तमाम ਮੰਗਾਂ ਜਿਨ੍ਹਾਂ ਦੇ ਵਿੱਚ ਕਰਜ਼ਾ ਮਾਫੀ ਦੀ ਮੰਗਾਂ ਨੇ ਤਾਂ ਹੋਰ ਕਾਫੀ ਨੇ ਸਤਨਾਮ ਸਿੰਘ ਪੰਨੂ ਜਿਹੜੇ ਸੂਬਾ ਪ੍ਰਧਾਨ ਨੇ ਇਸ ਜਥੇਬੰਦੀ ਦੇ ਉਹ ਸਾਡੇ ਨਾਲ ਨੇ ਤਾਂ ਪੰਨੂ ਸਾਹਿਬ ਅੱਜ ਧਰਨਾ ਕਿਉਂ ਤੁਸੀਂ ਇੱਥੇ ਲਗਾ ਰਹੇ ਹੋ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਲੰਬੀ ਲੜੀ ਲੋਕਾਂ ਨੇ ਸਤਕ ਦਿਨੀ ਅਰੈਸਟ ਕੀਤੀ ਹੋਣੀ ਆ ਪੰਜਾਬ ਚ ਆ ਕੇ ਫਿਰ ਤੁਸੀਂ ਅੱਜ ਅੰਦੋਲਨ ਕਿਉਂ ਸ਼ੁਰੂ ਕਰ ਰਹੇ ਹੋ ਹਾਂ ਜੇ ਦਿੱਲੀ ਵਾਲੇ ਮੋਰਚੇ ਨੂੰ ਸਮਾਪਤੀ ਤੋਂ ਬਾਅਦ ਉਹਦੀ ਜਿੱਤ ਤੋਂ ਬਾਅਦ ਅਸੀਂ ਜੋ ਪੰਜਾਬ ਦੀਆਂ ਮੰਗਾਂ ਆ ਜਿਹਦੇ ਲਈ ਅਸੀਂ 28 ਸਤੰਬਰ 28 ਸਤੰਬਰ ਨੂੰ ਤਰਨੇ ਦਿੱਤੇ ਸੀ ਡੀਸੀ ਦਫਤਰਾਂਗੇ ਤੇ ਉਸ ਤੋਂ 29 ਸਤੰਬਰ ਨੂੰ ਡਿਪਟੀ ਚੀਫ ਡਿਪਟੀ ਮੁੱਖ ਮੰਤਰੀ ਸﺠਿੰਦਰ ਸਿੰਘ ਦਾਵਾ ਨੇ ਸਾਡੇ ਨਾਲ ਮੀਟਿੰਗ ਕਰਕੇ ਕਿਸਾਨਾਂ ਦਾ ਕਰਜ਼ਾ ਦੀ ਸਮੇਤ ਨਾਲ ਜਿਹੜੀਆਂ ਹੋਰ ਮੰਗਾ ਸੀ ਤੇ ਨਛੀਦ ਕਿਸਾਨਾਂ ਦੀਆਂ ਨੌਕਰੀ ਦਾ ਸਵਾਲ ਸੀਗਾ ਜਿਹੜੇ ਇੱਥੇ ਸ਼ਹੀਦ ਹੋਏ ਕਿਸਾਨ ਅੰਦੋਲਨਾਂ ਚ ਪਹਿਲਾਂ ਉਸ ਤੋਂ ਬਾਅਦ ਜਿਹੜੇ ਦਿੱਲੀ ਮੋਰਚੇ 'ਚ ਸ਼ਹੀਦ ਹੋਏ ਉਹਨਾਂ ਨੂੰ 5 ਲੱਖ ਰੁਪਏ ਮਾਅਵਜਾ ਤੇ ਉਹਨਾਂ ਨੂੰ ਨੌਕਰੀ ਦਾ ਸਵਾਲ ਸੀ ਗੰਨੇ ਦੀ ਪੇਮੈਂਟ ਦਾ ਸਵਾਲ ਸੀ 360 ਰੁਪਏ ਦੇ ਰੇਟ ਦੇ ਨਾਲ ਤੇ ਉਹਨਾਂ ਦੇ ਗੰਨੇ ਦੇ ਬਕਾਇਆ ਦਾ ਸਵਾਲ ਸੀ ਇਸ ਦੇ ਨਾਲ ਜਿਹੜੇ ਗੜੇ ਪਏ ਆ ਗੜਿਆਂ ਦੇ ਨਾਲ ਇੱਥੇ ਬਾਸਮਦੀ ਤਮਾਹ ਯਮਾਜੇ ਦੇ ਵਿੱਚ ਤੇ ਉਹਦੇ ਉਹਦਾ ਬਾਸਮਦੀ ਦਾ ਮਾਅਵਜਾ ਦੇਣ ਦਾ ਸਵਾਲ ਸੀ ਉਹ ਸਾਰੀਆਂ ਮੰਗਾਂ ਦਾ ਇਹਨਾਂ ਕਹਿਆ ਸੀਗਾ ਕਿ ਅਸੀਂ ਇਹ 20 ਦਿਨਾਂ ਜਾਂ 1 ਮਹੀਨੇ ਚ ਹੱਲ ਕਰਾਂਗੇ ਪਰ ਅੱਜ ਤੱਕ ਵੀ ਉਸ ਦਾ ਕੋਈ ਹੱਲ ਨਹੀਂ ਹੋਇਆ ਇਸ ਕਰਕੇ ਸਾਨੂੰ ਇਹ ਦੁਬਾਰਾ ਜਿਹੜਾ ਮੁਲਤਵੀ ਕੀਤਾ ਸੀ ਉਹ ਟਾਈਮ ਤੇ ਰੇਲ ਰੋਕੋ ਉਹ ਦੁਬਾਰਾ ਸ਼ੁਰੂ ਕਰਨਾ ਪਿਆ ਵਾ ਅੱਜ ਚਾਰ ਥਾਵਾਂ ਤੇ ਫਰੋਜਪੁਰ ਬਸਤੀ ਟੈਂਕਾਂ ਵਾਲੀ ਤਰਨਤਾਰ ਰੇਲਵੇ ਸਟੇਸ਼ਨ ਦੇਵੀ ਦਾਸਪੁਰ ਅੰਬਰਸਰ ਤੇ ਹਸ਼ਾਰਪੁਰ ਦੇ ਵਿੱਚ ਦੁਆਬੇ ਦੇ ਵਿੱਚ ਜਿਹੜਾ ਟਾਂਡਾ ਦਸੂਆ ਲੈਣ ਆ ਜੰਮੂ ਜਲੰਧਰ ਉਹਦੇ ਉੱਤੇ ਤਰਨੇ ਲੱਗ ਚੁੱਕੇ ਆ ਤੇ ਇਹ ਤਰਨੀਆਂ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਆ ਜਿਸ ਨੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਕੀਤੇ ਚੋਣ ਵਾਦੇ ਪੂਰੇ ਨਹੀਂ ਕੀਤੇ ਇਹ ਜੇਕਰ ਇਹਨਾਂ ਨੇ ਇਹ ਸੁਣਵਾਈ ਸਾਡੀ ਨਾ ਕੀਤੀ ਤਾਂ ਅਸੀਂ ਤੀਸਰੇ ਦਿਨ ਮੋਰਚੇ ਦੇ ਜਿਹੜੇ 3 ਪੁਆਇੰਟ ਹੋਰ ਖੋਲਾਂਗੇ ਬਟਾਲਾ ਫਾਜ਼ਿਲਕਾ ਦੇ ਮੋਗਾ ਉਹ ਲਗਾਤਾਰ ਤਰਨੇ ਸਾਡੇ ਜਿਹੜੇ ਚੱਲਣਗੇ ਅਗਲੇ ਲਾਂਨ ਤੱਕ ਇਹ ਤਰਨੇ ਜਾਰੀ ਰਹਿਣਗੇ ਜਿੰਨਾ ਚਿਰ ਤੱਕ ਕਿਸੇ ਮਸਲਿਆਂ ਦਾ ਜਿਹੜਾ ਪੰਜਾਬ ਦੀ ਸਰਕਾਰ ਹੱਲ ਨਹੀਂ ਕਰ ਦਿੰਦੀ ਤੇ ਸਾਡਾ ਇਹੀ ਮੰਗਿਆ ਨੁਕਸਾਨਾਂ ਵੀ ਦੂਰੋਂ ਦਾ ਕਰਜ਼ਾ ਜਿਹੜਾ ਚੜਿਆ ਇਹ ਕੌਮੀ ਤਰਾਸਦੀ ਆ ਕਿਉਂਕਿ ਅਨਪਣਾਰ ਭਰਿਆ ਵਾ ਕਿਸਾਨਾਂ ਨੇ ਆਪਣਾ ਜਿਹੜਾ ਵਾ ਪਾਣੀ ਮੁਕਾ ਕੇ ਆਪਣੇ ਜਿਹੜਾ ਵਾ ਖੋਦ ਖੁਸ਼ੀਆਂ ਕਰਾ ਕੇ ਆਪਣੇ ਦੇ ਕਰਜ਼ੇ ਚੜਾ ਕੇ ਇਸ ਕਰਕੇ ਜਿਹੜੇ ਕਰਜ਼ੇ ਚੜੇ ਆ ਫਸਲਾਂ ਦੇ ਭਾਲ ਨਾ ਮਿਲਣ ਕਰਕੇ ਚੜੇ ਆ ਕਿਉਂਕਿ ਜੇ ਪਿਛਲੇ 50 ਸਾਲ ਤੋਂ ਅੰਕੜੇ ਕੱਢੀਏ ਤੇ 80% ਕਿਸਾਨਾਂ ਦੇ ਸਿਰ ਭਾ ਵਧਿਆ ਜਦੋਂ ਕਿ ਦੂਸਰੇ ਪਾਸੇ 300% ਇਨਪੁਟਸ ਜਿਹੜੀਆਂ ਵਾ ਲਾਗਤ ਖਰਚੇ ਆ ਉਹ ਉਹ ਵੱਧ ਚੁੱਕੇ ਆ ਇਸ ਲਈ ਜਿਹੜਾ ਇਨਾ ਵੱਡਾ ਪਾੜਾ ਪਿਆ ਉਹਦੇ ਨਾਲ ਕਰਜ਼ੇ ਬਣੇ ਆ ਇਸ ਲਈ ਕੌਮੀ ਤਰਾਸਦੀ ਬਣਦੀ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ੇ ਤੇ ਲਕੀਰ ਮਾਰੇ ਤੇ ਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇ ਇਸੇ ਤਰੀਕੇ ਦੇ ਨਾਲ ਜਿਹੜੇ 5 ਮਰਲੇ ਦੇ ਪਲਾਟ ਆ ਕਾਰਕਾਰ ਨੌਕਰੀ ਦਾ ਸਵਾਲ ਆ ਅੱਜ ਬੇਰਜਗਾਰੀ ਇੰਨੀ ਵਾ ਚੁੱਕੀ ਆ ਕਿ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਵਾ 6-6000 ਰੁਪਏ ਤੇ ਠੇਕੇ ਤੇ ਭਰਤੀ ਕੀਤੇ ਗਏ ਆ ਉਹ ਟੈਂਕੀਆਂ ਦੇ ਚੜੇ ਪਏ ਆ ਸਾਰੇ ਧਰਨੀਆਂ ਤੇ ਬੈਠੇ ਹੋਏ ਆ ਜਿਹੜੇ ਲੱਖਾਂ ਸਾਮੀਆਂ ਵਿਭਾਗਾਂ ਦੇ ਵਿੱਚ ਖਾਲੀ ਪਈਆਂ ਉਹ ਤੁਰੰਤ ਭਰੀਆਂ ਜਾਣ ਤੇ ਪੱਕੇ ਮੁਲਾਜ਼ਮ ਕੱਚੇ ਮੁਲਾਜ਼ਮ ਜਿਹੜੇ ਆ ਉਹ ਪੱਕੇ ਕੀਤੇ ਜਾਣ ਤੇ ਠੇਕਾਦਾਰੀ ਸਿਸਟਮ ਜਿਹੜੀ ਆ ਉਹ ਬੰਦ ਕੀਤੀ ਜਾਵੇ ਇਹ ਸਾਡੀ ਮੰਗ ਆ ਇਸ ਦੇ ਨਾਲ ਇਰਤਾਰ ਪਰ ਲੀਆਂ ਜ਼ਮੀਨਾਂ ਦੇ 4 ਸਾਲ ਦਾ ਮੁਆਵਜ਼ਾ ਇਹ 10000 ਰੁਪਿਆ ਪ੍ਰਤੀ ਏਕੜ ਇਹਦਾ ਕੇਂਦਰ ਸਰਕਾਰ ਵੱਲੋਂ ਆਇਆ ਹੋਇਆ ਵਾ ਪਰ ਪੰਜਾਬ ਸਰਕਾਰ ਆਪਣਾ ਇਸ਼ਾਨੀ ਪਾ ਰਹੀ ਜਿਸ ਦਾ ਕੋਰਟ ਹਾਈ ਕੋਰਟ ਚੱਲ ਰਿਹਾ ਉਹ ਵੀ ਉਹ ਉਹ ਵੀ ਅਜੇ ਤੱਕ ਦਿੱਤਾ ਨਹੀਂ ਗਿਆ ਉਹ ਤੁਰੰਤ ਦਿੱਤਾ ਜਾਵੇ ਬਾ ਤੇ ਬਾਦਕਾਰਾਂ ਨੂੰ ਪੱਕੇ ਮਾਲਕੀਅਤ ਦੇ ਕੇ 2007 ਚ ਤੋੜੀਆਂ ਉਹਦੀਆਂ ਇੰਤਕਾਲਾਂ ਦੁਬਾਰਾ ਬਹਾਲ ਕੀਤੀਆਂ ਜਾਣ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਮੋਰਚਾ ਸਾਡਾ ਲਗਾਤਾਰ ਜਿਹੜਾ ਉਹ ਜਾਰੀ ਰਹੇਗਾ ਤੇ ਇਹ ਸਰ ਪੰਜਾਬ ਸਰਕਾਰ ਜਿੰਨਾ ਚਿਰ ਇਹਨਾਂ ਮਸਲਾਂ ਦਾ ਹੱਲ ਨਹੀਂ ਕਰਦੀ ਉਹਨਾਂ ਚਿਰ ਇਹ ਰੇਲਵੇ ਲੈਣਾ ਤੇ ਬੈਠੇ ਤੁਹਾਡੀ ਜਿਹੜੀ ਸਰਕਾਰ ਦੇ ਨਾਲ ਤੁਹਾਡੀ ਮੀਟਿੰਗ ਹੋਈ ਸੀ ਡਿਪਟੀ ਸੀਐਮ ਸਾਹਿਬ ਦੇ ਨਾਲ ਜਦੋਂ ਅੰਮ੍ਰਿਤਸਰ ਵੀ ਧਰਨੇ ਲਾਇਆ ਸੀ ਡੀਸੀ ਦਫ਼ਤਰਾਂ ਦੇ ਗਾੜੀ ਤਾਂ ਉਸ ਵੇਲੇ ਤੁਹਾਡੀ ਕੀ ਸਰਕਾਰ ਨੇ ਸ਼ਿਓਰਟੀ ਦਿੱਤੀ ਸੀ ਤੁਹਾਨੂੰ ਸਾਡੇ ਕੋਲ ਇਹਨਾਂ ਨੇ ਇੱਕ ਪਹੀਨੇ ਦਾ ਟਾਈਮ ਲਿਆ ਸੀਗਾ ਤੇ 20 ਦਿਨ ਚ ਮਹੀਨੇ ਚ ਅਸੀਂ ਇਹ ਟੋਟਲ ਮਸਲੇ ਹੱਲ ਕਰ ਦਾਂਗੇ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦੇ ਦਾਂਗੇ ਜਿਹੜੇ ਤਿੰਨ ਸ਼ਹੀਦ ਪਰਿਵਾਰ ਆ ਉਹਨਾਂ ਦੀਆਂ ਨੌਕਰੀਆਂ ਅਸੀਂ ਇਸੇ ਦਿੱਲੀ ਵਾਲੇ ਮੋਰਚੇ ਦੇ ਸਭਾ ਜਿਹੜਾ ਦੇ ਰਹੇ ਆ ਜਿਹੜਾ ਪਾਲਿਸੀ ਦੇ ਵਿੱਚ ਉਸੇ ਪਾਲਿਸੀ ਚ ਪਾ ਕੇ ਦੋ ਦੇ ਵਿੱਚ ਅੰਮਰਸਰ ਦੇ ਸ਼ਹੀਦ ਸੀ ਇੱਕ ਤਰਨਤਾਰਨ ਦਾ ਸੀ ਪ੍ਰਾਣੀ ਮੰਗ ਤੁਰੀ ਆਉਂਦੀ ਆ ਕਈ ਵਾਰ ਇਹਨਾਂ ਮੰਨਿਆ ਸਾਡੇ ਕੋਲ ਲੈਟਰ ਪੈਡ ਤੇ ਲਿਖ ਕੇ ਦਿੱਤਾ ਵਾ ਜਿ ਤਰ੍ਹਾਂ ਜਿਹੜੇ ਹੁੰਦੇ ਸੀ ਉਹ ਕਰਨਵਤਾਰ ਸਿੰਘ ਉਹਨਾਂ ਦੇ ਲੈਟਰ ਪੈਡ ਤੇ ਜਿਹੜਾ ਚੀਫ ਸੈਕਟਰੀ ਸੀ ਉਹਨਾਂ ਨੇ ਉਹਦੋਂ ਲਿਖ ਕੇ ਦਿੱਤਾ ਸੀ ਪਰ ਅੱਜ ਤੱਕ ਉਹ ਲਾਗੂ ਨਹੀਂ ਕੀਤਾ ਤੇ ਕੋਈ ਵੀ ਮੰਗ ਜਿਹੜੀ ਆ ਉਹ ਥੱਲੇ ਧਰਾਤਲ ਤੇ ਲਾਗੂ ਨਹੀਂ ਹੋਈ ਇਸ ਲਈ ਸਾਨੂੰ ਇਹ ਦੁਬਾਰਾ ਆਉਣਾ ਪਿਆ ਵਾ ਰੇਲਾਂ ਤੇ ਮੁਲਤਵੀ ਕੀਤਾ ਸੀ ਅਸੀਂ ਉਹ ਟਾਈਮ ਤੇ ਉੱਥੇ ਆਉਣਾ ਪਿਆ ਇਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਆ ਜਿਹੜੇ ਰੇਲਵੇ ਟਰੈਕ ਤੇ ਬੇਟੇ ਪੰਨੂ ਸਾਹਿਬ ਪਿਛਲੇ ਸਮੇਂ ਚ ਵੀ ਕਾਫੀ ਸਮਾਂ ਰੇਲਵੇ ਟਰੈਕ ਪਹਿਲਾਂ ਕਰੋਨਾ ਕਰਕੇ ਬੰਦ ਰਹੇ ਫਿਰ ਕਿਸਾਨਾਂ ਦੇ ਪ੍ਰੋਟੈਸਟ ਕਰਕੇ ਤਾਂ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਪੰਨੂ ਸਾਹਿਬ ਕਾਫੀ ਵੱਜ ਜਾਂਦੀ ਆ ਕੌਣ ਜ਼ਿੰਮੇਵਾਰ ਹੈ ਇਸ ਲਈ ਕਿਸਾਨਾਂ ਨੂੰ ਮੰਨਦੇ ਜਾਂ ਸਰਕਾਰ ਨੂੰ ਮੰਨਦੇ ਹਾਂ ਅਸੀਂ ਦੇਖੋ ਜਿਹੜੀ ਲੋਕਾਂ ਦੀ ਖੱਜਲ ਖਵਾਰੀ ਆ ਇਹਦੇ ਜ਼ਿੰਮੇਵਾਰ ਹੀ ਕਿਸਾਨਾਂ ਨੂੰ ਨਹੀਂ ਮੰਨਦੇ ਉਹ ਕਿ ਅਸੀਂ ਤੇ 6 ਮਹੀਨੇ ਇੱਕ ਤੋਂ ਐਲਾਨ ਕੀਤਾ ਹੋਇਆ ਸੀ ਵੀ ਆਹ ਸਿਰੇ ਰੇਲ ਰੋਕਾਂਗੇ ਤੁਸੀਂ ਕਿਉਂਕਿ ਆਪਣਾ ਵਾਦਾ ਨਹੀਂ ਪੂਰਾ ਕੀਤਾ ਤੁਸੀਂ ਆ ਸਾਡੇ ਜਿਹੜੇ ਮਸਲੇ ਉਹ ਮਹੀਨੇ ਦੇ ਵਿੱਚ ਹੱਲ ਨਹੀਂ ਕੀਤੇ ਅਸੀਂ 1.5 ਮਹੀਨੇ ਬਾਅਦ ਫੇਰ ਐਲਾਨ ਕੀਤਾ ਵਾ ਤੇ ਉਹ ਜਦੋਂ ਸਰਕਾਰ ਮਸਲੇ ਨਹੀਂ ਹੱਲ ਕਰਦੀ ਤੇ ਇਹਦਾ ਮਤਲਬ ਹੈ ਸਰਕਾਰ ਮਜਬੂਰ ਕਰਦੀ ਆ ਕਿ ਕਿਸਾਨ ਰੇਲਵੇ ਟ੍ਰੇਕ ਰੋਕਣ ਤੇ ਜਿਹੜੇ ਆਪਣੇ ਨੂੰ ਪਰੇ ਮਸ਼ਾਫਰਾਂ ਨੂੰ ਪਰੇਸ਼ਾਨੀ ਹੋ ਰਹੀ ਆ ਉਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਆ ਤੇ ਅਸੀਂ ਸਾਡੀ ਉਹਨਾਂ ਨਾਲ ਸਹਾਨ ਪੂਤੀ ਆ ਅਸੀਂ ਉਹਨਾਂ ਨਾਲ ਮਦਦੀ ਆ ਅਸੀਂ ਕਦੀ ਵੀ ਉਹਨਾਂ ਨੂੰ ਪਰੇਸ਼ਾਨੀ ਕਰਨਾ ਚਾਹੁੰਦੇ ਨਾ ਸਾਡਾ ਇਸ ਤਰ੍ਹਾਂ ਦਾ ਕੋਈ ਮਨਸ਼ਾ ਅੱਜ ਸਰਕਾਰ ਹੁਣ ਆਪਣੇ ਮਸਲੇ ਹੱਲ ਕਰੇ ਅਸੀਂ ਹੁਣ ਜਾਣ ਨੂੰ ਤਿਆਰ ਆ ਬਾਕੀ ਜਥੇਬੰਦੀਆਂ ਉਹਨਾਂ ਦਾ ਪੰਨੂ ਸਾਹਿਬ ਸਹਿਯੋਗ ਹੈ ਤੁਹਾਨੂੰ ਉਹਨਾਂ ਨੇ ਉਹਨਾਂ ਨਾਲ ਕੋਈ ਗੱਲ ਕੀਤੀ ਕਿ ਉਹ ਵੀ ਤੁਹਾਡਾ ਸਮਰਥਨ ਕਰਨ ਜਾਂ ਨਹੀਂ ਮੰਗਿਆ ਨਹੀਂ ਸਮਰਥਨ ਨਹੀਂ ਉਹਨਾਂ ਦਾ ਉਹਨਾਂ ਦਾ ਆਪਣਾ ਪ੍ਰੋਗਰਾਮ ਆ ਉਹ ਵੀ ਕਰਜ਼ੇ ਦੀ ਮੰਗ ਕਰ ਰਹੇ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਸ਼ਾਇਦ ਜਿਹੜੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਉਹ ਅੱਜ ਡੀਸੀ ਦਫ਼ਤਰਾਂ ਗਾੜੀ ਬਹਿ ਰਹੇ ਇਹਨਾਂ ਮੰਗਾਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਵਾ ਇਹਦੇ ਤੇ ਜਿਹੜੇ ਇਹ ਮੰਗ ਦੇ ਉੱਤੇ ਕੋਈ ਬਾਅਦ ਨਹੀਂ ਕਿੰਨਾ ਕਿ ਪੰਨੂ ਸਾਹਿਬ ਮਾਫ ਹੋਇਆ ਕਿਸਾਨਾਂ ਦਾ ਜਿਹੜਾ ਸਰਕਾਰ ਨੇ ਵਾਦਾ ਕੀਤਾ ਸੀ ਕਿ ਸਾਰਿਆਂ ਦਾ ਕਰਜ਼ਾ ਜਿਹੜਾ ਮਾਫ ਕੀਤਾ ਜਾਊ ਕਿੰਨਾ ਕਿਸਾਨਾਂ ਦੇ ਸਿਰ ਪੈਂਡਿੰਗ ਹੈ ਜੀ ਹਾਂ ਜਿਹੜਾ ਕਰਜ਼ਾ 90 ਹਜ਼ਾਰ ਕਰੋੜ ਦਾ ਵਾਅਦਾ ਕੀਤਾ ਸੀ ਪੰਜਾਬ ਦੀ ਸਰਕਾਰ ਨੇ ਉਸ ਟਾਈਮ ਤੇ 2017 ਦੇ ਵਿੱਚ ਪਰ ਜਿਹੜਾ ਕਰਜ਼ਾ ਹੁਣ ਤੱਕ ਮਾਫ ਹੋਇਆ 4610 ਕਰੋੜ ਦਾ ਸਿਰਫ ਹੋਇਆ ਤੇ ਉਹਦੇ ਨਾਲ ਜਿਹੜਾ ਵਾ ਵਿਆਜ 16000 ਕਰੋੜ ਦਾ ਚੜ ਚੁੱਕਾ ਕਿਸਾਨਾ ਸਿਰ ਤੇ ਇਹਦੇ ਨਾਲ ਤੇ ਪੰਡ ਜਿਹੜੀ ਕਿਸਾਨਾਂ ਦੀ ਹੋਰ ਕਰਜ਼ੇ ਦੀ ਭਾਰੀ ਹੋ ਗਈ ਆ ਤੇ ਮਜ਼ਦੂਰਾਂ ਦਾ ਕਰਜ਼ਾ ਵੀ ਜਿਹੜਾ 590 ਕਰੋੜ ਦਾ ਕੈਪਟਨ ਮਹਿੰਦਰ ਸਿੰਘ ਨੇ ਆਖਿਆ ਮੈਂ ਕਰੂੰਗਾ ਪਰ ਉਹਦੇ ਚ ਹਜੇ ਤੱਕ 326 ਕਰੋੜ ਦਾ ਸਿਰਪ ਹੋਇਆ ਇਸ ਕਰਕੇ ਚੋਣ ਵਾਦੇ ਤੋਂ ਪੂਰੀ ਤਰ੍ਹਾਂ ਮੁਕਰ ਚੁੱਕੇ 2.5 ਏਕੜ ਵਾਲੇ ਦਾ ਵੀ ਨਹੀਂ ਹੋਇਆ 5 ਏਕੜ ਵਾਲੇ ਦਾ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ 4410 ਕਰੋੜ ਤੋਂ 90000 ਕਰੋੜ ਤੋਂ ਆਪ ਹਿਸਾਬ ਲਾ ਲਓ ਹੁਣ 1 ਲੱਖ ਕਰੋੜ ਤੋਂ ਇਹ ਵਾਅਦਾ ਕਰ ਜਾ ਕਿਸਾਨਾਂ ਸਿਰਿਆ ਕਿਸਾਨਾਂ ਦੀਆਂ ਕੁਰਕੀਆਂ ਗ੍ਰਿਫਤਾਰੀਆਂ ਨੋਟਿਸ ਬੈਂਕਾਂ ਵੱਲੋਂ ਆਪਣੇ ਬੈਂਕਾਂ ਵੱਲੋਂ ਅਦਾਲਤਾਂ ਵੱਲੋਂ ਕਿਸਾਨਾਂ ਨੂੰ ਆ ਰਿਹਾ ਕਿਸਾਨ ਬਹੁਤ ਬਹੁਤ ਖੱਜਲ ਖਵਾਰ ਹੋ ਰਿਹਾ ਪਰੇਸ਼ਾਨ ਹੋ ਰਿਹਾ ਸਰਮਨੂ ਸਾਹਿਬ ਇੱਥੇ ਹੁਣ ਫਿਰ ਕਹਿੰਦੇ ਜਰ ਤੱਕ ਤੁਸੀਂ ਬੈਠੋਗੇ ਕੀ ਤੁਹਾਡਾ ਹੁਣ ਇੱਥੇ ਪ੍ਰੋਗਰਾਮ ਹੈ ਜਿਸ ਤਰ੍ਹਾਂ ਤੁਸੀਂ ਪੱਕੇ ਜਿੱਥੇ ਟੈਂਟ ਇੱਥੇ ਲਗਾਈ ਜਾ ਰਹੇ ਉਹ ਕਦੋਂ ਤੱਕ ਤੁਹਾਡੇ ਬੈਠ ਨਾ ਰਹਿਦਾ ਇਹ ਸਰਕਾਰ ਦੇ ਹੀ ਮਨਸ਼ਾ ਦੇ ਉੱਤੇ ਨਿਰਪਰ ਕਰਦਾ ਸਰਕਾਰ ਕਦੋਂ ਮਸਲਾ ਹੱਲ ਕਰਦੀ ਹੈ ਅਸੀਂ ਅਗਲੇ ਲਾਂਨ ਤੱਕ ਇੱਥੇ ਬੈਠਾਂਗੇ ਤਾਂ ਬਿਲਕੁਲ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਭਾਈ ਪ੍ਰਧਾਨ ਨੇ ਤਾਂ ਇਹਨਾਂ ਨੇ ਆਖਿਆ ਕਿ ਅਗਲੇ ਐਲਾਨ ਤੱਕ ਅਸੀਂ ਇੱਥੇ ਬੈਠਾਂਗੇ ਅਣ ਅਣ ਮਿੱਥੇ ਸਮੇਂ ਦਾ ਜਿਹੜਾ ਧਰਨਾ ਹੈ ਉਹ ਸ਼ੁਰੂ ਕਰ ਦਿੱਤਾ ਹੈ ਤਾਂ ਕਿਸਾਨ ਜਿਹੜੇ ਨੇ ਵਕ ਵਕ ਜਿਹੜੇ ਪਿੰਡਾਂ ਦੇ ਵਿਚ ਵਾਰ ਰਹੇ ਨੇ ਵਕ ਵਕ ਪੁਆਇੰਟਾਂ ਦੇ ਤਰਨਤਾਰਨ ਦੇ ਵਿੱਚ ਵੀ ਧਰਨਾ ਚੱਲ ਰਿਹਾ ਹੈ ਦਵਾਬੇ ਦੇ ਵਿੱਚ ਵੀ ਤਾਂ ਮਾਲਵੇ ਦੇ ਵਿੱਚ ਫਿਰੋਜ਼ਪੁਰ ਤੇ ਹੁਸ਼ਿਆਰਪੁਰ ਵੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਵੱਡੇ ਆਗੂ ਤਕਰੀਬਨ ਇੱਥੇ ਪੌਧਰੇ ਦਿਵਯਾਲ ਸਿੰਘ ਮੀਆਵੰਡ ਜਿਹੜੇ ਨੇ ਤਰਨਤਾਰਨ ਤੋਂ ਪਹੁੰਚੇ ਨੇ ਵੱਡਾ ਕਾਫਲਾ ਲੈ ਕੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਕਰਦੇ ਹਾਂ ਤਾਂ ਮੀਆਵੰਡ ਸਾਹਿਬ ਜਿਹੜੇ ਤੁਸੀਂ ਅੱਜ ਪ੍ਰੋਟੈਸਟ ਇਹ ਤੇ ਸ਼ੁਰੂ ਕਰ ਦਿੱਤਾ ਕਿਉਂ ਜ਼ਰੂਰਤ ਹੈ ਤੁਸੀਂ ਸਮੇਂ ਦਿਓ ਕਿ ਸਰਕਾਰ ਤੁਹਾਡੀ ਗੱਲ ਜਿਹੜੀ ਆ ਉਸ ਤਰ੍ਹਾਂ ਨਹੀਂ ਸੁਣਦੀ ਵੇਖੋ ਜੀ ਸਰਕਾਰ ਨੂੰ ਜਦੋਂ ਇਹਨਾਂ ਸਰਕਾਰ ਬਣੇ ਸੀ ਕਪਟਨ ਨੇ ਗੁਟਕਾ ਸਾਦੇ ਸੌਂ ਖਾਦੇ ਮੈਂ ਕਰਜ਼ਾ ਸਮੱਚਾ ਮਾਫ਼ ਕਰੂੰਗਾ ਨਸ਼ਾ ਚੋਂ ਹਟਾਂ ਖਤਮ ਕਰੂੰਗਾ ਪਰ ਕੋਈ ਵੀ ਇਹਨੇ ਵਾਦਾ ਨਹੀਂ ਪੂਰਾ ਕੀਤਾ ਫਿਰ ਅੱਜ ਤੋਂ ਪਹਿਲਾਂ ਅਸੀਂ ਜਿਹੜਾ ਉਹਨਾਂ ਨੂੰ ਤਾਂ ਡੀਸੀ ਜਨੋਂ ਕਿ ਰਹੇ ਉਦੋਂ ਇਹਨਾਂ ਨੂੰ ਆਖਿਆ ਰੇਲਾ ਰੋਕਣੀਆਂ ਫਿਰ ਇਹਨਾਂ ਨੇ ਮੀਟਿੰਗ ਲਈ ਚੰਨੀ ਸਰਕਾਰ ਕਹਿੰਦੇ ਇੱਕ ਇੱਕ ਮਹੀਨਾ ਸਾਨੂੰ ਟਾਈਮ ਦੇ ਦੋ ਹੁਣ ਦੋ ਮਹੀਨੇ ਤੋਂ ਉੱਪਰ ਉਹ ਚੱਲਿਆ ਵਾ ਫਿਰ ਆਹ ਆਣ ਕੇ ਰੇਲਾ ਚੜਿਆ ਇੱਕ ਤੇ ਵੱਡਾ ਜਿਹੜਾ ਨਸ਼ੇ ਦਾ ਮੁੱਦਾ ਵਾ ਸਾਡਾ ਦੂਸਰਾ ਕਰਜ਼ੇ ਦਾ ਵਾ ਹੋਰ ਜਿਹੜੇ ਛੋਟੇ-ਮੁਟੇ ਬਹੁਤ ਮੁੱਦੇ ਆ ਜਿਹੜੇ ਲੋਕਾਂ ਦੇ ਪਰਚੇ ਹੋਏ ਆ ਜਿਹੜੇ ਸਾਡੇ ਕਿਸਾਨ ਨਹੀਂ ਦੇ ਸ਼ਹੀਦ ਹੋਇਆ ਉਹਨਾਂ ਨੂੰ ਨੌਕਰੀਆਂ ਦਵਾਉਣੀਆਂ ਉਹਨਾਂ ਦਾ ਮਾਲਜਾ ਦਵਾਉਣਾ ਵਾ ਇਹ ਕਰਕੇ ਪੱਕਾ ਮੋਰਚਾ ਲਾ ਕੇ ਬੈਗੇ ਹੁਣ ਇੱਥੇ ਪੱਕਾ ਮੋਰਚਾ ਤੁਸੀਂ ਲਾ ਕੇ ਬੈਗੇ ਤਾਂ ਤੁਸੀਂ ਲੋਕ ਜਿਹੜੇ ਕਿਸਾਨ ਸੀਗੇ ਜਾਂ ਲੋਕ ਇੱਥੇ ਮੋਰਚੇ ਦੇ ਬੈਠੇ ਤਿਆਰ ਸੀ ਕਿ ਕਿਉਂਕਿ ਲੰਬਾ ਸਮਾਂ ਦਿੱਲੀ ਵੀ ਅੰਦੋਲਨ ਜਿਹੜੇ ਨੇ ਉਹ ਲੜ ਕੇ ਆਏ ਕਿਸਾਨ ਤਾਂ ਇੱਥੇ ਕਿੰਨਾ ਕਿ ਜ਼ਰੂਰੀ ਮਸਲੇ ਸੀਗੇ ਜਿਹੜੇ ਰੀਲਾਂ ਦੇ ਫਿਰ ਬੈਠਣਾ ਵੇਖੋ ਜਿਹੜਾ ਇਹ ਦਿੱਲੀ ਮੋਰਚਾ ਲੜ ਕੇ ਆਇਆ ਮੋਦੀ ਸਰਕਾਰ ਨੂੰ ਮੋਢੇ ਮੂੰਹ ਸੁੱਟ ਕੇ ਆਇਆ ਕਾਲੇ ਕਾਨੂੰਨ ਤਿੰਨੇ ਆਵਾਜ਼ ਕਰਾ ਕੇ ਆਇਆ ਉਹਦੇ ਨਾਲ ਸਾਡਾ ਕਿਸਾਨਾਂ ਦਾ ਇੱਕਾ ਬਹੁਤ ਜ਼ਿਆਦਾ ਵਧਿਆ ਜਿੱਦ ਨਾਲ ਹੀ ਦਿੱਲੀ ਤੋਂ ਵਾਪਸ ਆਉਣ ਦੇ ਹਾਂ ਦਰਬਾਰ ਸਾਹਿਬਾ ਆਪਣਾ ਮੱਥਾ ਟੇਕਣ ਜਾਣਾ ਹੈਗਾ ਤੋਹਾਂ ਵੇਖਿਆ ਆਮ ਲੋਕ ਜਿਹੜਿਆ ਕਿੰਨਾ ਸਵਾਗਤ ਕੀਤਾ ਇਸ ਜਹੇ ਬੰਦੀਆਂ ਦਾ ਲੋਕ ਚਾਹੁੰਦੇ ਆ ਕਿ ਜਿਹੜੇ ਹੱਕ ਲੈਣ ਵਾਸਤੇ ਲੜਾਈ ਲੜਦੇ ਉਹਨਾਂ ਦਾ ਸਾਥ ਦਈਏ ਤੇ ਦੇਣ ਦੇ ਲੋਕ ਵੀਰ ਮੇਰਿਆ ਇੱਥੇ ਹੁਣ ਫਿਰ ਕਿੰਨਾ ਚਿਰ ਤੱਕ ਬਿਠਣ ਦਾ ਜਿਹੜਾ ਇਰਾਦਾ ਦਾ ਪੱਕਾ ਹੀ ਪੱਕਾ ਹੀ ਬਹਿ ਗਿਆ ਹੁਣ ਪੱਕਾ ਬਹਿ ਗਏ ਆ ਜਦੋਂ ਸਰਕਾਰ ਕੇਹ ਬੰਨੇ ਸਾਡੀਆਂ ਮੰਗਾਂ ਮੰਨੂ ਤੇ ਫੇਰ ਹੀ ਆਹੀ ਉਠਾਂਗੇ ਬਿਲਕੁਲ ਜਿਹੜੇ ਵਕ ਵਕ ਆਗੂ ਨੇ ਇੱਥੇ ਕਹਿ ਰਹੇ ਨੇ ਕਿ ਪੱਕੇ ਤੌਰ ਤੇ ਜਿਹੜੇ ਨੇ ਉਹ ਬੈਠ ਗਏ ਨੇ ਤਾਂ ਲਗਾਤਾਰ ਜੱਥੇ ਲੈ ਕੇ ਕਿਸਾਨ ਆਗੂ ਜਿਹੜੇ ਨੇ ਪਹੁੰਚ ਰਹੇ ਨੇ ਸਭਰਾ ਸਾਹਿਬ ਵੀ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਸਰਵਰ ਸਿੰਘ ਭੰਦੇੜ ਦਾ ਵਕ ਵਕ ਜੁਨਾ ਦੇ ਜਿੰਨੇ ਵੀ ਵੱਡੇ ਆਗੂ ਨੇ ਇਹ ਤੇ ਸੁਨਾਮ ਸਿੰਘ ਪੰਨੂ ਇੱਥੇ ਮੌਜੂਦ ਰਹਿਣਗੇ ਤਾਂ ਗੱਲ ਅਸੀਂ ਕਰਾਂਗੇ ਤਰਨਤਾਰਨ ਤੋਂ ਜਿਹੜੇ ਨੇ ਮਾਝੇ ਦੇ ਇੱਕ ਹੋਰ ਵੱਡੇ ਆਗੂ ਸਭਰਾ ਸਾਹਿਬ ਸੁਖਵਿੰਦਰ ਸਿੰਘ ਸਭਰਾ ਵੀ ਪਹੁੰਚੇ ਨੇ ਸਭਰਾ ਸਾਹਿਬ ਇਸ ਜਗ੍ਹਾ ਦੇ ਉੱਤੇ ਅੱਜ ਫੇਰ ਪ੍ਰੋਟੈਸਟ ਤੁਸੀਂ ਚਾਰ ਥਾਵਾਂ ਤੇ ਸ਼ੁਰੂ ਕਰ ਦਿੱਤਾ ਕਿਉਂ ਤੁਸੀਂ ਸਮਝਦੇ ਹੋ ਕਿ ਪ੍ਰੋ ਵੇਖੋ ਜੀ ਦਿੱਲੀ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੀ ਸਰਕਾਰ ਬਿਲਕੁਲ ਭੁੱਲ ਚੁੱਕੀ ਹੀ ਵੀ ਅਸੀਂ ਕੋਈ ਲੋਕਾਂ ਨਾਲ ਪਹਿਲਾਂ 5 ਸਾਲ ਪਹਿਲਾਂ ਕੋ ਵਾਅਦੇ ਵੀ ਕੀਤੇ ਸਨ ਔਰ ਵਾਅਦਿਆਂ ਦੇ ਉੱਤੇ ਦੁਬਾਰਾ ਜਿਹੜਾ ਵਾ ਉਹ ਮੁੱਖ ਮੰਤਰੀ ਬਦਲ ਕੇ ਤੇ ਸ਼ਾਇਦ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਬਦਲਦੇ ਨਾਲ ਸਾਡਾ ਇੱਥੇ ਜਿਹੜਾ ਮਜ਼ਦੂਰ ਚਿਹਰਾ ਵਾ ਉਹ ਖੁਸ਼ ਹੋ ਜਾਊਗਾ ਉਹ ਵਾਅਦੇ ਤੇ ਵਾਦਾ ਵਾਅਦੇ ਤੇ ਵਾਦਾ ਕਰੀ ਜਾ ਰਹੇ ਆ ਪਰ ਉਹਨਾਂ ਨੂੰ ਵਫਾ ਕਰਨ ਦੀ ਕੋਈ ਗੱਲ ਨਹੀਂ ਗਈ ਸਾਡਾ ਇਹ ਸਿੱਕੇ ਕਹਿਣਾ ਜਦੋਂ ਅਸੀਂ 28 ਸਤੰਬਰ ਨੂੰ ਮੋਰਚੇ ਲਾਇਆ ਜਿਲ੍ਹਾ ਹੈਡਕੁਆਟਰਾਂ ਤੇ ਚੱਲਦੇ ਮੋਰਚਿਆਂ ਦੇ ਵਿੱਚ ਡਿਪਟੀ ਸੀਐਮ ਰੰਦਾਵਾ ਜੀ ਨੇ ਮੀਟਿੰਗ ਲਈ ਸੀ ਔਰ ਇਹ ਕਿਹਾ ਸੀਗਾ ਵੀ ਤੁਹਾਡੀਆਂ ਜਿੰਨੀਆਂ ਵੀ ਮੰਗ ਪੱਤਰ ਦੀਆਂ ਮੰਗਾਵਾ ਇਹਨਾਂ ਸਾਰਿਆਂ ਨੂੰ ਜਿਹੜਾ ਵਾਹੀ ਇਹ ਮੰਨਣਯੋਗ ਨੇ ਇਹਨਾਂ ਸਾਰਿਆਂ ਨੂੰ ਮੰਨ ਕੇ ਇਹਨਾਂ ਨੂੰ ਲਾਗੂ ਕਰਕੇ ਤੇ ਤੁਹਾਡੀ ਇਹ ਗੱਲ ਰਿਵਿਊ ਮੀਟਿੰਗ ਜਿਹੜੀ ਆ ਉਹ 20 ਦਿਨਾਂ ਦੇ ਵਿੱਚ ਮੁੱਖ ਮੰਤਰੀ ਲਵਾਵਾਂਗੇ ਤਿੰਨ ਮਹੀਨੇ ਹੋ ਗਏ ਆ ਅਜੇ ਤੱਕ ਕੋ ਚੋਣ ਵਾਦੇ ਅਜੇ ਤੱਕ ਉਹ ਮੀਟਿੰਗ ਸਾਰਾ ਕੁਝ ਉਦਾਂ ਪਿਆ ਵਾ ਤੇ ਸਾਡਾ ਫਿਰ ਦਿੱਲੀ ਤੋਂ ਬਾ ਪਹਿਲਾ ਐਲਾਨ ਸੀਗੇ ਦਿੱਲੀ ਅਸੀਂ ਬਾਦ ਦਿੱਲੀੋਂ ਬਾਦ ਚ ਆਇਆ ਸਾਡਾ ਐਲਾਨ ਸੀ 13 ਤੋਂ 14 ਦਾ ਜਦੋਂ ਉਧਰ ਵਿੱਚ ਉਹ ਮੋਰਚੇ ਦੀ ਸਮਾਪਤੀ ਦਾ ਗੱਲ ਆਈ ਫਿਰ ਇਸ ਨੂੰ ਵਧਾ ਕੇ 20 ਤਰੀਕ ਤੇ ਕੀਤਾ ਵਾ ਅੱਜ 20 ਤਰੀਕ ਤੇ ਸਿਰਫ 4 ਅਟੈਕ ਖੋਲ ਰਹੇ ਆ ਚਾਹੋ ਜਗ੍ਹਾ ਦੇ ਉੱਤੇ 4 ਟਰੈਕਾਂ ਦੇ ਉੱਤੇ ਆ ਜੇ ਸਰਕਾਰ ਨੇ ਫਿਰ ਵੀ ਅਜੇ ਕੋਈ ਆਪਣਾ ਕੀਤੇ ਆ ਹਾਂ ਮੇਰੇ ਪੁਆਇੰਟ ਫਿਲਹਾਲ ਖੋਲੇ ਤੁਸੀਂ ਅੰਮ੍ਰਿਤਸਰ ਦੇਵੀਦਾਸਪੁਰੇ ਤਰਨਤਾਰਨ ਤੇ ਮਕੇਰੀਆਂ ਦਸੂਹਾ ਰੇਲਵੇ ਲੈਂ ਜਿਹੜੀ ਆ ਉਹ ਨੱਪੀ ਗਈ ਆ ਤੇ ਉਸ ਦਿਨ ਬਾਅਦ ਆਪਣਾ ਟੈਂਕਾ ਵਾਲੀ ਬਸਤੀ ਫਿਰੋਜ਼ਪੁਰ ਇਹ ਚਾਰ ਵਾ ਇਹ ਤੋਂ ਬਾਅਦ ਹੋਰ ਪੁਆਇੰਟ ਖੋਲਣਗੇ ਤਿੰਨ ਪੁਆਇੰਟ ਹੋਰ ਤੁਸੀਂ ਕਹਿ ਰਹੇ ਤੇ ਨੰਨ ਦਿਨ ਬਾਅਦ ਖੋਲਣੇ ਉਹ ਕਿਹੜੇ ਖੋਲੂਗਾ ਵੇਖੋ ਉਹ ਅਸੀਂ ਅਜੇ ਡਿਸਾਈਡ ਕਰ ਰਹੇ ਆ ਜਿੱਥੋਂ ਪੂਰੀ ਤਰ੍ਹਾਂ ਸਰਕਾਰ ਨੂੰ ਜਿਹੜਾ ਉਹ ਸੇਕ ਪਹੁੰਚੇ ਉਹ ਖੋਲਾਂਗੇ ਐਸ ਕਰਕੇ ਅੱਜ ਵੀ ਨਹੀਂ ਖੋਲ ਸਕਦੇ ਸੀ ਅੱਜ ਐਸ ਕਰਕੇ ਨਹੀਂ ਖੋਲੇ ਵੀ ਯਾਤਾਂ ਯਾਤ ਦੇ ਵਿੱਚ ਕਿਸੇ ਨੂੰ ਵਿਗਨ ਨਾ ਪਵੇ ਲੋਕੀ ਆਪਣੀ ਜਿਹੜੀ ਉਹ ਮਤਲਬ ਯਾਤਰਾ ਦੀ ਜਿਆਦਾ ਜਿਆਦਾ ਵਿਗਨ ਪੈ ਗਿਆ ਇਹ ਮੇਨ ਆ ਟ੍ਰੈਕ ਜਿਹੜਾ ਤੁਸੀਂ ਨੱਪ ਲਿਆ ਹੈ ਪਰ ਇਹ ਜਿਹੜਾ ਟ੍ਰੈਕ ਨੱਪਿਆ ਗਿਆ ਇਹ ਲੋਕਾਂ ਵਾਸਤੇ ਨੱਪਿਆ ਗਿਆ ਵਾ ਲੋਕੀ ਹੁਣ ਜਿਹੜਾ ਉਹ ਫਤਵਾ ਦੇਣਗੇ ਬੀ ਇਹ ਟਰੈਕ ਨਪਣੇ ਸਹੀ ਆ ਕਿ ਗਲਤ ਵਾ ਕਿਉਂਕਿ ਹੋਰ ਚਾਰਾ ਕੋਈ ਨਹੀਂ ਜਦੋਂ ਸਰਕਾਰਾਂ ਗੱਲ ਨਾ ਸੁਣਨ ਤੇ ਫਿਰ ਹੋਰ ਰੋਡ ਤੋਂ ਬਗੈਰ ਆਪਣਾ ਟਰੈਕ ਤੋਂ ਬਗੈਰ ਕੋਈ ਚਾਰਾ ਨਹੀਂ ਕਿਉਂਕਿ ਡੀਸੀ ਦਫਤਰਾਂ ਤੇ ਬਹਿ ਕੇ ਵੇਖ ਲਿਆ ਉੱਥੋਂ ਇਹਨਾਂ ਨੇ ਮੀਟਿੰਗ ਲੈ ਕੇ ਉਹਦੇ ਤੇ ਕੁਝ ਨਹੀਂ ਅਜੇ ਏਪੀਐਮ ਐਕਟ ਦੀਆਂ ਸੋਧਾਂ ਜਿਹੜੀਆਂ ਉਦਾਂ ਪਈਆਂ ਵਾ ਅਜੇ ਜਿਹੜੇ ਬਿਜਲੀ ਕੰਪਨੀਆਂ ਨਾਲ ਪਿਛਲੀ ਸਰਕਾਰ ਨੇ ਸਮਝੌਤੇ ਕੀਤੇ ਸੀ ਇਹਨਾਂ ਨੇ ਉਹਨਾਂ ਨੂੰ ਰੱਦ ਕਰਨਾ ਹੀ ਉਦਾਂ ਪਏ ਆ ਜਿੰਨੇ ਵੀ ਦਿੱਲੀ ਵਾਲੇ ਸ਼ਹੀਦ ਆ ਜਾਂ ਪਹਿਲੇ ਪ੍ਰਾਤ ਸ਼ਹੀਦ ਆ ਉਹਨਾਂ ਦੀਆਂ ਨੌਕਰੀਆਂ ਉਹਨਾਂ ਦੇ ਮੁਆਵਜ਼ੇ ਉਹਨਾਂ ਦਾ ਸਮੁੱਚਾ ਕਰਜ਼ਾ ਪਿਆ ਵਾ ਔਰ ਜਿਹੜਾ ਚੋਣ ਵਾਦਾ ਸੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਜੇ ਜੋਂਦਾ ਦੋ ਪਿਆ ਵਾ 5 ਮਰਲੇ ਦੇ ਪ੍ਰਾੜ ਦੇ ਕੇ ਨਾਲ ਗਰਾੜ ਦੇਣੀ ਸੀ ਘਰ ਬਣਾਉਣ ਲਈ ਉਹ ਜੇ ਉਦਾਂ ਪਈ ਆ ਸਾਢੇ 5 ਰੁਪਏ ਫੁੱਟ ਰੇਤਾ ਦੀ ਗੱਲ ਸੀ ਅਜੇ 32 ਰੁਪਏ ਫੁੱਟ ਮਿਲ ਰਹੀ ਆ ਇਹ ਇਹ ਸਾਰਾ ਕੁਝ ਜਿਹੜਾ ਇਹਦੇ ਨਾਲ ਤਾਰੋਂ ਪਾਰ ਲੀਆਂ ਜ਼ਮੀਨਾਂ ਦਾ 4 ਸਾਲ ਦਾ ਮੁਆਵਜ਼ਾ ਕੇਂਦਰ ਵੱਲੋਂ ਆਇਆ ਪਿਆ ਵਾ 17 ਤੋਂ ਲੈ ਕੇ ਪਰ ਇਹ ਅਜੇ ਡਾਕਾਰ ਕੇ ਬਿਠੇ ਆ ਉਹ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਸਾਡੀ ਮੰਗ ਆ ਵੀ ਤਾਰ ਪੁੱਟ ਕੇ ਜ਼ੀਰੋ ਲਾਈਨ ਤੇ ਕੀਤੀ ਜਾਵੇ ਔਰ ਲੋਕਾਂ ਨੂੰ ਆਪਦੀ ਜ਼ਮੀਨ 'ਚ ਕੰਮ ਕਰਨ ਲਈ ਪੂਰਾ ਜਿੰਨਾ ਹੀ ਜ਼ਮੀਨ 'ਚ ਕੰਮ ਕਰਨ ਲਈ ਵਕਤ ਚਾਹੁੰਦੇ ਆ ਉਹਨਾਂ ਦਿੱਤਾ ਜਾਵੇ ਆਵਾਰਾ ਪਸ਼ੂਆਂ ਦਾ ਮਸਲਾ ਆਵਾਰਾ ਕੁੱਤਿਆਂ ਦਾ ਬੜਾ ਕੁਛ ਵਾ ਸਗਨ ਸਕੀਮ ਆ ਇਹ ਸਾਰਾ ਕੁਝ ਇਹਨਾਂ ਦੇ ਚੋਣ ਵਾਦੇ ਹੀ ਆ ਉਹਨਾਂ ਸਾਰੇ ਅਜਿਹੇ ਵਾਦੇ ਜਿਹੜੇ ਸਿਆਸੀ ਪਾਰਟੀਆਂ ਵੀ ਇਹਨਾਂ ਦਾ ਵਿਰੋਧ ਕਰਦੀਆਂ ਤੇ ਕਿਸਾਨ ਜਿਹੜੇ ਨੇ ਇਹ ਜਿਹੜੇ ਨੇ ਇਹਨਾਂ ਵਾਦਿਆਂ ਦੇ ਉੱਤੇ ਹੀ ਸਰਕਾਰ ਨੂੰ ਘੇਰ ਕੇ ਬੈਠੇ ਨੇ ਕੀ ਕਹਿਣਾ ਚਾਹੁੰਦੇ ਵੇਖੋ ਜੀ ਜਿਹੜੇ ਇਹਨਾਂ ਦੇ ਘਰ ਘਰ ਨੌਕਰੀ ਦੇਣ ਵਾਲੇ ਵਾਦੇ ਸੀ ਜਿਹੜੇ ਠੇਕੇ ਤੇ ਮੁਲਾਜ਼ਮ ਕੰਮ ਕਰ ਰਹੇ ਆ ਪਿਛੜੀਆਂ 4 ਸਾਲ ਤੋਂ 5 ਸਾਲ ਤੋਂ ਉਹਨਾਂ ਨੂੰ ਅਜੇ ਤੱਕ ਪੱਕਿਆ ਨਹੀਂ ਕੀਤਾ ਗਿਆ ਨਵੀਆਂ ਨੌਕਰੀਆਂ ਕਿੱਥੇ ਦੇਣੀਆਂ ਸੀ ਅੱਜ ਮੈਂ ਕਹਿੰਨਾ ਵੀ ਚੰਨੀ ਜੀ ਤੁਰੇ ਤੁਰੇ ਜਾਂਦੇ ਸਕੂਲ ਕਿਸੇ ਦਾ ਬੂਹਾ ਖੁੱਲਾ ਵੇਂਦੇ ਆ ਤੇ ਜਾ ਕੇ ਏ ਕੁਰਸੀ ਤੇ ਬਹਿ ਜਾਂਦੇ ਮੈਂ ਪੜ੍ਹਾ ਸਕਦਾ ਵਾਂ ਉਹ ਭਲਿਆ ਮਾਨ ਸਾ ਤੈਨੂੰ ਪੜ੍ਹਾ ਸਕਣ ਵਾਸਤੇ ਨਹੀਂ ਗਾ ਮੁੱਖ ਮੰਤਰੀ ਬਣਾਇਆ ਤੈਨੂੰ ਇਹਨਾਂ ਸਾਰਿਆਂ ਦਾ ਜਿਹੜਾ ਉਹ ਰਾਜਾ ਲਾਇਆ ਵਾ ਤੂੰ ਇਹਨਾਂ ਨੂੰ ਨੌਕਰੀਆਂ ਦੇ ਇਹਨਾਂ ਨੂੰ ਕੰਮ ਦੇ ਇਹ ਤਾਂ ਜਿਹੜਾ ਜਿਹੜਾ ਟੈਂਕੀ ਤੇ ਜਿਹੜਾ ਬਿਠ ਤੁਰਿਆ ਤੁਰਿਆ ਜਾਂਦਾ ਆਪਣਾਸ ਫੜ ਕੇ ਗੰਬੇ ਤੇ ਚੜ ਗਿਆ ਵੀ ਮੈਂ ਤਾਰ ਵੀ ਘੱਡ ਲੈਣਾ ਇਹ ਤਾਰਾ ਘੜਨ ਜੇ ਤਾਰਾ ਘੜਨ ਵਾਲਾ ਕੰਮ ਨੇ ਮੁੱਖ ਮੰਤਰੀ ਫਿਰ ਤਾਂ 90% ਲੋਕ ਮੁੱਖ ਮੰਤਰੀ ਬਣ ਜਾਣੇ ਚਾਹੀਦੇ ਆ ਕਿਉਂਕਿ ਇਹ ਕੰਮ ਸਾਰਿਆਂ ਨੂੰ ਆਉਂਦੇ ਆ ਇਹ ਜਿਹੜੀਆਂ ਹਾਸੋਣੀਆਂ ਚੀਜ਼ਾਂ ਹਨ ਮਜ਼ਾਕੀਆ ਲਹਿਜੇ ਨਾਲ ਜਿਵੇਂ ਮੈਂ ਕਹਿੰਨਾ ਮੁੱਖ ਮੰਤਰੀ ਤੁਰਿਆ ਫਿਰਦਾ ਉਹ ਇਹਦੇ ਨਾਲ ਕੰਮ ਸਰਨਾ ਨਹੀਂ ਪਰ ਜਿਹੜੀਆਂ ਜਿੰਨੀਆਂ ਤੁਸੀਂ ਮੰਗਾਂ ਮਨਾਈਆਂ ਤੁਸੀ ਲੱਗਦਾ ਪੋਸੀਬਲ ਹੈ ਇਹਨੀਆਂ ਸਰਕਾਰ ਮੰਨ ਸਕਦੀ ਹੈ ਤੁਸੀ ਬੰਗਾ ਜਿਹੜੀਆਂ ਬਹੁਤ ਸਾਰੀਆਂ ਤੁਸੀਂ ਮੰਗਾਂ ਗਿਣਾਤੀਆਂ ਵੇਖੋ ਜੀ ਇਹ ਮੰਗਾਂ ਨਹੀਂਆਂ ਇਹ ਇਹਨਾਂ ਦਾ ਚੋਣ ਵਾਦਾ ਆ ਇਹ ਚੋਣ ਵਾਦਾ ਇਹਨਾਂ ਦਾ ਮੈਨੀਫੈਸਟੋ ਆ ਮੰਗਾਂ ਚੀਜ਼ ਹੋਰ ਹੁੰਦੀ ਆ ਮੰਗ ਜਿਹੜੀ ਆ ਮੰਗ ਤਾਂ ਸਾਡੀ ਜਿਹੜੀ ਆ ਇਹ ਵੀ ਨਹੀਂ ਸੀਗੀ ਜਿਹੜੀ ਆ ਦਿੱਲੀ ਵਾਲੀ ਇਹ ਵੀ ਸਾਡਾ ਹੱਕ ਸੀਗਾ ਜਿਹੜਾ ਦਿੱਲੀ ਵਾਲਾ ਅੰਦੋਲਨ ਜਿੱਤ ਕੇ ਆਇਆ ਇਹ ਸਾਡੀ ਮੰਗ ਨਹੀਂ ਸੀ ਜੇ ਮੰਗਤੇ ਇਹਨਾਂ ਨੇ ਕੰਮ ਕਰਨਾ ਤੇ ਫਿਰ ਡਾਕਟਰ ਸਵਾਮੀ ਦੀ ਰਿਪੋਰਟ ਮੁਤਾਬਕ ਪਾਵਾ ਉਹ ਤੇ ਜਿਹੜੀਆਂ 2 ਕਰੋੜ ਨੌਕਰੀਆਂ ਦੇਣੀਆਂ ਸੀਗੀਆਂ ਉਹ ਵੀ ਚੋਣ ਵਾਦਾ ਸੀਗੇ ਕੇਂਦਰ ਸਰਕਾਰ ਨੇ ਹੋਂਦ ਤੱਕ 16 ਕਰੋੜ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸੀ ਇਹ ਆ ਵੀ ਅਸਲੀ ਵਾਦੇ ਇਹ ਜਾਦੇ ਕਰ ਲੈਂਦੇ ਆ ਤੇ ਲੋਕ ਇਹਨਾਂ ਦੇ ਵਾਦਿਆਂ 'ਚ ਆ ਕੇ ਵੋਟਾਂ ਪਾਉਂਦੇ ਆ ਸਰਕਾਰ ਬਣਾ ਕੇ ਤੂੰ ਕੌਣ ਤੇ ਮੈਂ ਕੌਣ ਤਾਂ ਫੇਰ ਹੁਣ ਕਦੋਂ ਤੱਕ ਇੱਥੋਂ ਬੈਠੋਗੇ ਕੋਈ ਸਰਕਾਰ ਵੱਲੋਂ ਆਇਆ ਗੱਲਬਾਤ ਦਾ ਸੱਦਾ ਕਿ ਕਦੋਂ ਤੱਕ ਬੈਠਣਾ ਰਹਿ ਜਾਓਜੀ ਅੱਜ ਜੇ ਸ਼ੁਰੂਆਤ ਵਾ ਅੱਜ ਤਾਂ ਮਹਾਂ ਸਿੱਧਿਆ ਹੁਦਿਆਂ ਆ ਜਾਣਾ ਜੇ ਸੱਦਾ ਆਉਂਦਾ ਤੇ ਗੱਲਬਾਤੋ ਕਦੀ ਵੀ ਨਾ ਭੱਜਿਆ ਤੇ ਨਾ ਭਜਾਂਗੇ ਟੇਬਲ ਟॉक ਦੇ ਉੱਤੇ ਰਭਾਂਗੇ ਪਰ ਜਿੰਨੀ ਦੇਰ ਤੱਕ ਕੁਝ ਨਾ ਕੁਝ ਲੈ ਨਹੀਂ ਲਿੰਦੇ ਉਨੀ ਦੇਰ ਤੱਕ ਟ੍ਰੈਕ ਵੇਲੇ ਕਰਕੇ ਚਲੇ ਜਾਵਾਂਗੇ ਇਹ ਨਹੀਂ ਹੋ ਸਕਦਾ ਟ੍ਰੈਕ ਵੇਲੇ ਨਹੀਂ ਕਰੋਗੇ ਬਟ ਲੋਕ ਬਹੁਤ ਖੱਜਲ ਹੋਣਗੇ ਸਭਰਾ ਸਾਹਿਬ ਪਰੇਸ਼ਾਨ ਹੋਣਗੇ ਤਾਂ ਲੱਗਦਾ ਕਿ ਸਮਰਥਨ ਕਰ ਪਉਣਗੇ ਲੋਕ ਤੁਹਾਡੀਆਂ ਜਿਹੜੀਆਂ ਇਹਨਾਂ ਮੰਗਾਂ ਦਾ ਕੁਝ ਪਾਉਣ ਵਾਸਤੇ ਕੁਝ ਗਵਾਉਣਾ ਪੈਂਦਾ ਵਾ ਜਿੰਨਾ ਚਿਰ ਤੁਸੀਂ ਪਾਓਗੇ ਗਵਾਉਗੇ ਨਹੀਂ ਉਹ ਨਜ਼ਰ ਪਾਇਆ ਨਹੀਂ ਜਾਣਾ ਇਹ ਜੋ ਕੁਝ ਵੀ ਮਿਲਣਾ ਵਾ ਇਹ ਲੋਕਾਂ ਨੂੰ ਮਿਲਣਾ ਵਾ ਇਕੱਲੇ ਸਾਡੇ ਪ੍ਰਧਾਨ ਜੀ ਨੇ ਨਹੀਂ ਲੈ ਕੇ ਚੱਲ ਜਾਣਾ ਇਹ ਸਾਰਾ ਪਬਲਿਕ ਦਾ ਵਜਿ ਦੇ ਵਿੱਚ ਤੁਹਾਡਾ ਵੀ ਹਿੱਸਾ ਵਾ ਅੱਜ ਦਿੱਲੀੋਂ ਕਾਨੂੰਨ ਨਾਲ ਦੀ ਲੜਾਈ ਜਿੱਤ ਕੇ ਆ ਗਿਆਂ ਤੇ ਜਿਹੜੀ ਤੁਹਾਨੂੰ 150 ਰੁਪਏ ਕਿਲੋ ਕਣਕ ਮਿਲਣੀ ਆਟਾ ਮਿਲਣਾ ਸੀ ਉੱਥੇ ਰੋਕ ਲੱਗ ਗਈ ਆ ਉਹ ਅੱਜ ਜੇ 25-30 ਰੁਪਏ ਕਿਸਾਨ ਕੋਲ ਜਾਊਗੀ ਤਾਂ 30 ਰੁਪਏ ਤੁਹਾਨੂੰ ਵੀ ਮਿਲ ਜੂਗੀ ਐਸ ਕਰਕੇ ਵੀਰ ਜੀ ਇਹ ਲੜਾਈ ਹਰੇਕ ਵਰਗ ਦੀ ਆ ਨਾ ਕਿ ਕਿਤੇ ਵਿਅਕਤੀ ਵਿਸ਼ੇਸ਼ ਦੀ ਕਿਸਾਨਾਂ ਮਜ਼ਦੂਰਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਅੱਜ ਵਾਲੀ ਵੀ ਇਹ ਗਦਿਤਾ ਇਹ ਸੁਖਵਿੰਦਰ ਸਿੰਘ ਸਭਰਾ ਸਟੇਜ ਦੀ ਕਾਰਵਾਈ ਹੁਣ ਸ਼ੁਰੂ ਇਹ ਕਰਨਗੇ ਤਾਂ ਬਹੁਤ ਸਾਰੇ तमाम ਜਿਹੜੇ ਕਿਸਾਨ ਆਗੂ ਨੇ ਇੱਥੇ ਜਿਹੜੇ ਪਹੁੰਚੇ ਹੋਏ ਨੇ ਤਾਂ ਸਾਰਿਆਂ ਨਾਲ ਹੀ ਅਸੀਂ ਜਿਹੜੀ ਗੱਲਬਾਤ ਕਰ ਰਹੇ ਆ ਤਾਂ ਰੇਲਵੇ ਟਰੈਕ ਦੇ ਉੱਤੇ ਜਿਵੇਂ ਜਿਵੇਂ ਕਿਸਾਨ ਆ ਰਹੇ ਨੇ ਟਰੈਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਿੱਛੋਂ ਤੱਕ ਜਿਹੜੇ ਟਰੈਕ ਆ ਕਿਸਾਨ ਬੈਠਣੇ ਸ਼ੁਰੂ ਹੋ ਗਏ ਨੇ ਤਾਂ ਅਣਮਿੱਥੇ ਸਮੇਂ ਦੀ ਜਿਹੜੀ ਕਾਲ ਹੈ ਇਹਨਾਂ ਨੇ ਕਿਸਾਨਾਂ ਨੇ ਦੇ ਦਿੱਤੀ ਹੈ ਤਾਂ ਜਿਹੜੇ ਕਿਸਾਨ ਆਗੂ ਹੋਰ ਵੀ ਨੌਜਵਾਨ ਕਿਸਾਨ ਵੀ ਇੱਥੇ ਮੌਜੂਦ ਨੇ ਸਾਰਿਆਂ ਦੇ ਨਾਲ ਪਿੰਡਾਂ ਦੇ ਵਿੱਚ ਵਲੰਟੀਅਰ ਵਜੋਂ ਵੀ ਡਿਊਟੀ ਜਿਹੜੀ ਉਹਨਾਂ ਦੀ ਲਈ ਹੈ ਤਾਂ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਟੇਜ ਹੁਣ ਇੱਥੋਂ ਜਿਹੜੀ ਬਿਲਕੁਲ ਤਿਆਰ ਹੈ ਤਾਂ ਸਟੇਜ ਦੀ ਕਾਰਵਾਈ ਇੱਥੋਂ ਸ਼ੁਰੂ ਕੀਤੀ ਜਾਏਗੀ ਤੇ ਮੰਗਾ ਜਿਹੜੀਆਂ ਨੇ ਦਰਾਈਆਂ ਜਾਣਗੀਆਂ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਅਮੋਲਕਜੀਤ ਸਿੰਘ ਜੋਂਪਰਦਾਂ ਟਾਂਗੜਾ ਜੀ ਅਮੋਲਕ ਜੀ ਤੁਸੀਂ ਜਿਹੜੇ ਨੇ ਦਿੱਲੀ ਵੀ ਬੜੀ ਡਿਊਟੀ ਨਿਭਾਈ ਵਲੰਟੀਅਰ ਤੌਰ ਤੇ ਵੀ ਜਾਂਦੇ ਰਹੇ ਹੋ ਤਾਂ ਹੁਣ ਫਿਰ ਇੱਥੇ ਜਿਹੜਾ ਪ੍ਰੋਟੈਸਟ ਸਟਾਰਟ ਕਰ ਰਹੇ ਤੁਸੀਂ ਕੀ ਸਮਝਦੇ ਕਿਉਂ ਜ਼ਰੂਰਤ ਵੇਖੋ ਜੀ ਸਰਕਾਰ ਆਪਣੇ ਕਹੇ ਹੋਏ ਵਾਅਦਿਆਂ ਤੋਂ ਭੱਜ ਰਹੀ ਆ ਤੇ ਲੰਮੇ ਸੰਘਰਸ਼ ਦਿੱਲੀ ਤੋਂ ਲੜਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਜੋ ਸਾਡੇ ਨਾਲ ਮੰਗਾ ਮੰਨੀਆਂ ਹੋਈਆਂ ਤੇ ਉਤੋਂ ਮੁੱਕਰੀ ਆ ਉਹਦੇ ਸਬੰਧ ਵਿੱਚ ਜੋ ਸਾਡੀ ਕਿਸਾਨ ਮਜੂਦ ਸੰਘਰਸ਼ ਕਮੇਟੀ ਦੀ ਸੂਬਾ ਕਮੇਟੀ ਨੇ ਫੈਸਲਾ ਕੀਤਾ ਵੀ ਹੁਣ ਅਸੀਂ ਅਨਮਿੱਥੇ ਸਮੇਂ ਦੇ ਲਈ ਇਹ ਸੰਘਰਸ਼ ਚਲਾਵਾਂਗੇ ਤੇ ਸਰਕਾਰ ਦੇ ਨਾਲ ਲੜਾਂਗੇ ਜੋ ਪੰਜਾਬ ਸਰਕਾਰ ਨੇ ਬਿੱਲ ਮਾਫੀ ਦੇਤੇ ਵੀ ਪਿੰਡਾਂ ਦੇ ਵਿੱਚ ਲਾਰੇ ਲਾਏ ਸੀ ਉਹ ਤੋਂ ਵੀ ਮੁੱਕਰ ਚੁੱਕੀ ਆ ਉਦੋਂ ਬਾਅਦ ਆ ਜੋ ਵੀ ਕਰਜ਼ਾ ਮਾਫੀ ਦੇ ਆ ਇਹਨਾਂ ਟੋਟਲੀ ਹੀ ਵਾਅਦੇ ਆ ਤੋਂ ਪੰਜਾਬ ਸਰਕਾਰ ਮੁੱਕਰ ਰਹੀ ਆ ਤੇ ਉਹਦੇ ਵਿੱਚ ਅਸੀਂ ਹੁਣ ਅਣਮਿੱਥੇ ਸਮੇਂ ਲਈ ਰੇਲ ਤੇ ਆਣ ਕੇ ਬਹਿ ਗਏ ਆ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨੌਜਵਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਲੱਗਦੇ ਕਿ ਜਿਵੇਂ ਨੌਜਵਾਨ ਸਮਰਥਨ ਕਰ ਰਹੇ ਪਿਛਲੇ ਖੇਤੀ ਕਾਨੂੰਨਾਂ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਸੀਗੀ ਤਾਂ ਹੁਣ ਨੌਜਵਾਨਾਂ ਦੀਆਂ ਕਿਹੜੀਆਂ ਮੰਗਾਂ ਸਮਝਦੇ ਹੋ ਤੁਸੀਂ ਜਿਹੜੀਆਂ ਵੇਖੋ ਜੀ ਮੰਗਾਂ ਦੇ ਇਹੀ ਆ ਵੀ ਸਰਕਾਰ ਹਰ ਇੱਕ ਗੱਲ ਤੋਂ ਭੱਜ ਰਹੀ ਆ ਤਕਰੀਬਨ ਪਿਛਲੀ ਵਾਰ ਵੀ ਪੰਜਾਬ ਸਰਕਾਰ ਨੇ ਜੋ ਮੋਬਾਈਲਾਂ ਦੇ ਵਾਅਦੇ ਕੀਤੇ ਲੜਕੀਆਂ ਨੌਜਵਾਨ ਨੂੰ ਸਕੂਲਾਂ ਦੇ ਵਿੱਚ ਜਿਹੜੇ ਐਕਟਵਾ ਸਕੂਟਰੀਆਂ ਦੇਣ ਦਾ ਵਾਅਦਾ ਕੀਤਾ ਹਰ ਇੱਕ ਮੰਗ ਦੇ ਤੋਂ ਸਰਕਾਰ ਜਿਹੜੀ ਆ ਭੱਜ ਚੁੱਕੀ ਹੈ ਪੰਜਾਬ ਸਰਕਾਰ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਵੋਟਾਂ ਵੇਲੇ ਇਸ ਕਰਕੇ ਅਸੀਂ ਮਤਲਬ ਜਿਹੜੇ ਵੀ ਝੂਠੇ ਲਾਰੇ ਲਾਉਣੇ ਜਿਹੜੇ ਵੀ ਬੰਦ ਕਰੋ ਤੇ ਜਿਹੜੀ ਗੱਲ ਨੂੰ ਤੁਸੀਂ ਸਿਰੇ ਨਹੀਂ ਚੜਾ ਸਕਦੇ ਉਹਦਾ ਵਾਅਦਾ ਨਾ ਕੀਤਾ ਜਾਵੇ ਇਲੈਕਸ਼ਨ ਸਿਰ ਤੇ ਆਈ ਆ ਹੁਣ ਵੀ ਲੋਕਾਂ ਨੂੰ ਝੂਠੇ ਲਾਰੇ ਲਾ ਰੇ ਲਾਏ ਜਾ ਰਹੇ ਆ ਪਿਛਲੀ ਵਾਰ ਮੋਬਾਈਲਾਂ ਦੇ ਲਾਏ ਸੀ ਸਕੂਟਰੀਆਂ ਦੇ ਲਾਏ ਸੀ ਕਰਜ਼ਾ ਵਾਪੀ ਦੇ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਬੁੱਧੂ ਬਣਾਉਣਾ ਬੰਦ ਕਰੋ ਨਹੀਂ ਤੇ ਅਸੀਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਹੋਰ ਜਥੇਬੰਦੀਆਂ ਵੀ ਤੁਹਾਡੇ ਨਾਲ ਲੜਨ ਨੂੰ ਤਿਆਰ ਬੈਠੇ ਆਂ ਅਣ ਮਿੱਥੇ ਸਮੇਂ ਦੀ ਤੁਹਾਡੇ ਝੂਠ ਤੋਂ ਪਰਦਾ ਚੁੱਕਾਂਗੇ ਇਲੈਕਸ਼ਨ ਦੇ ਨੇੜੇ ਤੁਹਾਨੂੰ ਲੱਗਦਾ ਸਰਕਾਰ ਇਹ ਮੰਗਾ ਮੰਨ ਲੈ ਕਿ ਕਿਉਂਕਿ ਇਲੈਕਸ਼ਨ ਕੋਡ ਲੱਗਣ ਇਲੈਕਸ਼ਨ ਕੋਡ ਲੱਗਣ ਵੇਖੋ ਜੀ ਸਾਡਾ ਅਸੀਂ ਆਪਣੇ ਹੱਕ ਲੈਣ ਲਈ ਇੱਥੇ ਆ ਗਏ ਆਂ ਕਿਉਂਕਿ ਕੋਈ ਵੀ ਤਾਂ ਵਾਲੀ ਵਾਰਸ ਹੁੰਦਾ ਯਾਰ ਜੇ ਚੋਣ ਜਾਂ ਤਾਂ ਲੱਗਦਾ ਤਾਂ ਵੀ ਉਹ ਸੈਂਟਰ ਦੇ ਗਵਰਨਰ ਦੇ ਥੱਲੇ ਸਰਕਾਰ ਆਉਂਦੀ ਆ ਉਹ ਸਾਰੇ ਆਰਡਰਾਂ ਤੇ ਸਾਈਨ ਕਰ ਸਕਦੇ ਆ ਗਵਰਨਰ ਕੋਲ ਕੋਈ ਦਿਸ਼ਾ ਨਿਰਦੇਸ਼ ਦੇਣੇ ਹੁੰਦੇ ਆ ਗਰਨਵਰਨਰ ਮੰਗਾ ਮੰਨ ਸਕਦੇ ਆ ਸਾਡੇ ਧਰਨੇ ਇੱਦਾਂ ਚੱਲਦੇ ਰਹਿਣਗੇ ਸਾਡਾ ਇਹ ਨਹੀਂ ਆ ਵੀ ਉਹ ਚੋਣ ਜਾਬਤਾ ਲਾ ਕੇ ਤੇ ਉਹ ਆਪਣੇ ਝੂਠੇ ਵਾਦੇ ਕੀਤੇ ਤੋਂ ਭੱਜ ਜਾਣਗੇ ਅਸੀਂ ਕਿਸੇ ਨੂੰ ਭੱਜਣ ਨਹੀਂ ਦੇਣਾ ਅਸੀਂ ਆਪਣੀਆਂ ਮੰਗਾਂ ਜਿਉਂਦੀਆਂ ਤੇ ਉਹ ਰੱਖਾਂ ਵੀ ਸਾਡੀਆਂ ਮੰਗਾਂ ਮੰਨੋ ਆ ਹੋਰ ਵੀ ਕਥਾਰਾ ਗੂ ਜਿਹੜੇ ਨੇ ਨਾਲ ਨੇ ਤਾਂ ਸਰ ਕੀ ਨਾਮ ਹੈ ਜੀ ਤੁਹਾਡਾ ਰੇਸ਼ਮ ਸਿੰਘ ਹੋਰ ਕਵੰਡ ਜਿਹੜਾ ਆ ਗੂ ਤਰਨਤਨ ਰੇਸ਼ਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਤਰਨਤਨ ਦੇ ਵਿੱਚ ਵੀ ਧਰਨਾ ਲੱਗਾ ਨਾ ਕਿਵੇਂ ਲੋਕਾਂ ਦਾ ਸਮਰਥਨ ਕਿਵੇਂ ਹੈ ਕਿਵੇਂ ਲੋਕ ਤੁਹਾਡਾ ਸਾਥ ਦੇ ਰਹੇ ਨੇ ਕਿੰਨਾ ਕੁ ਸਮਰਥਨ ਮਿਲ ਰਿਹਾ ਹੈ ਤੁਸੀਂ ਦੇਖ ਹੀ ਰਹੇ ਜੇ ਲਗਾਤਾਰ ਲੋਕ ਜਿਹੜੇ ਸ਼ਾਮਦਕ ਵਾਅਦੇ ਜਾਣਗੇ ਕਿਉਂਕਿ ਲੋਕਾਂ ਨਾਲ ਸਰਕਾਰ ਵਾਅਦਾ ਕਰਕੇ ਆਈ ਹੋਈ ਆ ਇਹਨਾਂ ਲੋਕਾਂ ਨੇ ਸਰਕਾਰ ਨੂੰ ਚੁਣ ਕੇ ਕਿਉਂਕਿ ਕੁਰਸੀ ਤੇ ਭਾਇਆ ਵਾ ਇਸੇ ਕਰਕੇ ਭਾਇਆ ਵੀ ਜਿਹੜਾ ਇਹਨਾਂ ਕਹਿਆ ਵਾ ਸਾਨੂੰ ਵਾਅਦੇ ਕੀਤੇ ਆ ਕਰਜ਼ੇ ਦੇ ਆ ਸਾਡੇ ਬਜ਼ੁਰਗਾਂ ਦੀ ਪੈਨਸ਼ਨ ਦੇ ਆ ਸਾਡੇ ਬੱਚਿਆਂ ਦੀ ਨੌਕਰੀ ਦੇ ਆ ਸਾਡੇ ਨਸ਼ਿਆਂ ਦੇ ਆ ਤੇ ਉਹ ਇਹਨਾਂ ਇੱਕੋ ਹੀ ਪੂਰਾ ਨਹੀਂ ਕੀਤਾ ਇਸ ਕਰਕੇ ਲੋਕ ਜਿਹੜੇ ਪੂਰੇ ਨਾਲ ਵਾ ਪੂਰਾ ਸਾਥ ਦੇਣਗੇ ਔਰ ਜਿੰਨਾ ਚਿਰ ਇਹ ਸ਼ਹਿਰ ਚੱਲੂਗਾ ਸਰਕਾਰ ਸਾਡੀਆਂ ਮੰਨੀਆਂ ਹੀ ਆ ਮੰਗਾਂ ਨਹੀਂ ਮਰਦੀ ਉਹਨਾਂ ਚਿਰ ਚੱਲਦਾ ਰਹੂਗਾ ਕੰਮ ਨਹੀਂ ਕਰੀ ਜਿਹੜੀਆਂ ਸਰਕਾਰ ਨੇ ਮੰਗਾ ਜਿਹੜੀਆਂ ਨੇ ਮੰਨੀਆਂ ਹੋਈਆਂ ਨੇ ਇਹ ਸਰਕਾਰ ਜਿਹੜੀਆਂ ਮੰਗਾ ਜਨਰ ਤੱਕ ਇਸ ਨੂੰ ਲਾਗੂ ਨਹੀਂ ਕਰਦੀ ਅਸੀਂ ਬਿਲਕੁਲ ਜਿਹੜੇ ਨੇ ਉਹ ਧਰਨੇ ਜਾਰੀ ਰੱਖਾਂਗੇ ਤਾਂ ਲਗਾਤਾਰ ਅਸੀਂ ਆਗੂਆਂ ਦੇ ਨਾਲ ਗੱਲ ਵੀ ਕਰ ਰਹੇ ਆ ਤਾਂ ਲਗਾਤਾਰ ਕਿਸਾਨ ਜਿਹੜੇ ਨੇ ਵਲੰਟੀਅਰ ਜਿਹੜੇ ਨੇ ਦੇ ਟੈਂਟ ਜਿਹੜੇ ਲਗਾ ਰਹੇ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਤਾਂ ਟੈਂਟ ਲਗਾਏ ਜਾ ਰਹੇ ਨੇ ਇਸੇ ਥਾਂ ਦੇ ਉੱਤੇ ਕਿਸਾਨ ਬਦੂਰ ਸੰਘਰਸ਼ ਕਮੇਟੀ ਨੇ 6 ਮਹੀਨੇ ਤੋਂ ਬਾਅਦ ਜਿਹੜਾ ਧਰਨਾ ਸੀ ਉਹ ਲਗਾਇਆ ਸੀ ਤਾਂ ਆਗੂ ਜਿਹੜੇ ਸਟੇਜਾਂ ਤੇ ਬੈਠੇ ਨੇ ਦਿਆਲ ਸਿੰਘ ਮੀਆਂਵਿੰਡ ਸਾਡੇ ਨਾਲ ਫਿਰ ਜੋੜ ਚੁੱਕੇ ਨੇ ਤਾਂ ਮੀਆਂਵਿੰਡ ਸਾਹਿਬ ਪਿੰਡਾਂ ਦੇ ਵਿੱਚੋਂ ਕਿਵੇਂ ਦਾ ਸਮਰਥਨ ਜਿਹੜਾ ਤੁਹਾਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਜਿਵੇਂ ਲੋਕ ਪਹਿਲਾਂ ਦਿੱਲੀ ਗਏ ਸੀਗੇ ਇਹਨੂੰ ਸਮਰਥਨ ਇਸ ਤਰ੍ਹਾਂ ਇਹਨਾਂ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਤੁਹਾਡੇ ਨੂੰ ਬਹੁਤ ਤਗੜਾ ਸਮਰਥਨ ਮਿਲਣ ਦਿਆ ਵਾ ਜਦੋਂ ਦਾ ਇਹ ਦਿੱਲੀ ਦੌਲਣਾ ਚਲਾਇਆ ਵਾ ਲੋਕ ਜਾਗ ਪਿਆ ਤੇ ਜਹੇ ਬੰਦਿਆ ਜੇ ਕੋ ਹੱਕਦਾਰ ਨੇ ਦੁਆ ਸਕਦੀਆਂ ਜਿਹੜੇ ਸਿਆਸੀ ਲੋਕ ਵਾ ਇਹ ਕੋਈ ਹੱਕ ਨਹੀਂ ਦੁਆ ਸਕਦਾ ਜੇ ਕੋ ਲੈਣਾ ਵਾ ਜਹੇ ਬੰਦਕ ਹੋ ਕੇ ਫੇਰ ਹੀ ਮਿਲਣਾ ਇਹਨਾਂ ਦੀ ਧੌਂ ਦੇ ਉੱਤੇ ਗੋਡਾ ਰੱਖ ਕੇ ਇਹ ਸਭ ਕੁ ਮੰਗਾ ਮਨਾਈਆਂ ਸਦਿਆਂ ਜਿਤਰਾ ਮੋਦੀ ਸਰਕਾਰ ਨੂੰ ਅਸੀਂ ਸੁੱਟ ਲਿਆ ਵਾ ਲੋਕਾਂ ਨੂੰ ਇਹ ਪਤਾ ਲੱਗ ਗਿਆ ਵਾ ਜੇ ਕੋਈ ਦਵਾ ਸਕਦੇ ਤੇ ਆਹ ਕਿਸਾਨ ਜਹੇ ਬੰਦਿਆਂ ਦਵਾ ਸਕਦੇ ਆ ਤੇ ਆਰ ਕੇ ਬਹੁਤ ਜ਼ਿਆਦਾ ਵੱਡਾ ਲੋਕ ਸਾਡਾ ਸਾਥ ਦੇਣ ਰਿਹਾ ਤੇ ਦਿੰਦੇ ਵੀ ਰਹਿਣਗੇ ਸਾਡਾ ਵੀ ਹੌਸਲਾ ਵਧਿਆ ਵਾ ਕਿ ਜੇ ਅਸੀਂ ਸੈਂਟਰ ਸਰਕਾਰ ਹੰਕਾਰਿਆ ਪ੍ਰਧਾਨ ਮੰਤਰੀ ਸੁੱਟ ਲਿਆ ਵਾ ਆ ਤੇ ਛੋਟੇ ਛੋਟੇ ਜਿਹੜੇ ਆਪਣੇ ਮੁੱਖ ਮੰਤਰੀ ਆ ਪੰਜਾਬ ਦੇ ਇਹ ਗਾਲ ਹੀ ਕੋਈ ਨਹੀਂ ਮਿੱਤਰਾ ਇਹਨਾਂ ਨੂੰ ਵੀ ਮੰਗਾ ਮਨਾ ਲਾਂਗੇ ਇਹ ਇਹ ਦੇ ਕਹਿ ਰਹੇ ਸੀ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਆ ਚਨੀ ਸਾਹਿਬ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਨੇ ਸਮਰਥਨ ਕਰ ਰਹੇ ਤੁਹਾਨੂੰ ਤੁਹਾਡੇ ਹੱਕ ਦੀ ਗੱਲ ਕਰ ਰਹੇ ਨੇ ਇਹ ਵੋਟਾਂ ਲੈਣ ਵਾਸਤੇ ਜਰੂਰ ਸਾਡਾ ਸਮਰਥਨ ਕਰਦੇ ਆ ਜਰੂਰ ਇਹ ਕਹਿੰਦੇ ਕਿਸਾਨਾਂ ਦੇ ਨਾਲ ਵਾ ਪਰ ਅੰਦਰ ਖਾਤੇ ਸਾਡੇ ਨਾਲ ਨੇ ਝੂਠੇ ਲਾਰੇ ਲਾਉਂਦੇ ਆ ਆਹ ਆਂਦੇ ਜੇ ਕੋ ਕਰਨਾ ਤੇ ਗਰਾਊਂਡ ਦੇ ਕੋ ਨਾਲ ਕੋ ਕਰੋ ਸਾਨੂੰ ਪਤਾ ਲੱਗੇ ਅਸੀਂ ਆਂਦੇ ਆ ਜਿਹੜਾ ਨਸ਼ਾ ਵਾ ਇਹਨੂੰ ਮੁਕਤ ਕਰ ਦੋ ਕਰਜ਼ਾ ਮਾਫ ਕਰ ਦੋ ਕੋ ਛੋਟੀਆਂ ਛੋਟੀਆਂ ਮੰਗਾਇਿਆ ਮੰਨੋ ਸਾਡੀਆਂ ਕੋਈ ਐਡੀ ਵੱਡੀ ਗੱਲ ਨਹੀਂ ਗਈ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਕਿੰਨਾ ਕੁ ਵੱਡੀ ਸਮੱਸਿਆ ਤੁਸੀਂ ਸਮਝਦੇ ਹੋ ਸਰਕਾਰ ਨੇ ਵਾਦਾ ਕੀਤਾ ਸੀ ਮਾਫ਼ ਕਰਨ ਦਾ ਸਮੱਸਿਆ ਮੀਆਂ ਮਿੰਟ ਸਾਹਿਬ ਕਿੰਨੀ ਗਿਆ ਤੁਹਾਡੇ ਵੀ ਕਾਫੀ ਸੰਪਰਕ ਦੇ ਵਿੱਚ ਹੋਣਗੇ ਬੜਾ ਵਧੀਆ ਹੀ ਲਿੰਮਟਾਂ ਤਾਰੀ ਜਾਂਦੇ ਹਾਂ ਇਹ ਰੋਕੀਆਂ ਕਿੰਨੇ ਆ ਜਦੋਂ ਕੈਪਟਨ ਨੇ ਗੁੜਕਾ ਸਾਹਿਬ ਦੀ ਸੌਂ ਖਾਦੇ ਹਾਂ ਐਵੇਂ ਆਂਦੇ ਆ ਗੁੜਕਾ ਸਾਹਿਬ ਦੀ ਸੌਂ ਖਾ ਲਿਆ ਮਾਫ਼ ਕਰ ਦੂਗਾ ਸਾਨੂੰ ਵਿਆਜ ਪਏ ਪਏ ਕੇ ਦੂਨੀਆ ਤੀਨੀਆ ਹੋ ਗਿਆ ਵਾ ਆਹ ਸਮੱਸਿਆ ਵਾ ਜੇ ਵਾਦਾ ਨਾ ਝੂਠਾ ਕਰਦਾ ਅਸੀਂ ਰਾਮਨਾ ਤਾਰੀ ਜਾਂਦੇ ਹਾਂ ਅਸੀਂ ਲਾਦਾ ਕਿ ਉਹ ਜਿਹੜਾ ਉਹ ਵਾਦਾ ਕੈਪਟਨ ਮਨਿੰਦਰ ਸਿੰਘ ਨੇ ਕੀਤਾ ਚੰਨੀ ਸਰਕਾਰ ਪੂਰੀ ਕਰ ਦੇਗੀ ਬਿਲਕੁਲ ਨਹੀਂ ਕਰਨੀ ਇਹਦੇ ਦੇਦਾ ਹੀ ਅੱਜ ਚੰਨੀ ਸਾਹਿਬ ਰੋਜ ਲਾਰੇ ਲਾਉਂਦਾ ਕਿ ਇਹਦੇ ਟੈਂਚੀ ਜਾਂਦਾ ਮੈਂ ਪਾਣੀ ਪਾਉਂਦਾ ਨਹੀਂਦਾ ਵਾ ਕਿਦੇ ਖੰਬੇ ਤੇ ਚੜ ਜਾਂਦਾ ਇਹ ਇਹ ਮੁੱਖ ਮੰਤਰੀ ਦੇ ਕੰਮ ਨਹੀਂਗੇ ਇਹ ਤੇ ਆਮ ਜਨਤਾ ਵੀ ਕਰ ਸਕਦੀ ਆ ਮੁੱਖ ਮੰਤਰੀ ਦੀ ਜਿਹੜੀ ਡਿਊਟੀ ਉਹ ਕਰੇ ਕਿਸਾਨ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਆ ਰਹੇ ਨੇ ਵਕ ਵਕ ਜੋ ਨਾਲ ਜੋ ਕਿਸਾਨ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਜਿਹੜਾ ਕਰਜ਼ੇ ਦਾ ਮਸਲਾ ਕਿਸਾਨ ਦੱਸ ਰਹੇ ਨੇ ਕਿ ਅਸੀਂ ਜਦੋਂ ਕੈਪਟਨ ਰੰਗਨ ਸਿੰਘ ਨੇ ਸੌ ਖਾਦੀ ਸੀ ਤਾਂ ਜੋ ਕਿਸਾਨਤਾਵਾ ਕਰ ਰਹੇ ਨੇ ਤਾਂ ਲਗਾਤਾਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਅਸੀਂ ਕਰਜ਼ਾ ਮਾਫ ਕੀਤਾ ਜਾਊ ਤੇ ਅਸੀਂ ਲਿੰਮਟਾਂ ਤਾਰਦੀਆਂ ਬੰਦ ਕਰ ਦਿੱਤੀਆਂ ਸੀ ਤਾਂ ਕਰਜ਼ਾ ਤਾਰਨਾ ਬੰਦ ਕਰ ਦਿੱਤਾ ਸੀ ਸੇ ਪ੍ਰੇਤ ਲੋਕ ਤਾਂ ਦੁੱਧ ਦੇ ਪ੍ਰਸ਼ਾਦੇ ਇੱਧਰ ਤਾਂ ਕਿਸਾਨਾਂ ਨੇ ਜਿਹੜਾ ਸਾਡਾ ਕਰਜ਼ਾ ਸੀ ਉਹ ਵੱਧ ਗਿਆ ਸੀ ਤਾਂ ਕਿਸਾਨ ਹੋਣ ਜਿਹੜੇ ਨੇ ਲਗਾਤਾਰ ਪਿੰਡਾਂ ਦੇ ਵਿੱਚੋਂ ਇੱਥੇ ਆ ਰਹੇ ਨੇ ਟਰਾਲੀਆਂ ਜਿਹੜੀਆਂ ਨੇ ਉਹ ਸੜਕਾਂ ਦੇ ਕਿਨਾਰੇ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ ਜੰਡੇ ਵਾਲਾ ਗੁਰੂ ਤੇ ਦੇਵੀ ਦਾਸ ਪੁਰਾ ਉੱਥੇ ਦੋਵੇਂ ਪਾਸੇ ਜਿਹੜੇ ਕਿਸਾਨ ਨੇ ਤੁਸੀਂ ਦੇਖ ਸਕਦੇ ਹੋ ਕਿ ਟਰੈਕ ਦੇ ਉੱਤੇ ਲਗਾਤਾਰ ਬੈਠ ਰਹੇ ਨੇ ਤਾਂ ਕਿਸਾਨ ਜਿਵੇਂ ਲੰਗਰ ਆਪਣਾ ਮੰਗਵਾ ਰਹੇ ਨੇ ਪੂਰੀ ਉਹਨਾਂ ਦਾ ਕਹਿਣਾ ਕਿ ਅੱਜ ਅਸੀਂ ਜਿਹੜੀ ਹੈ ਤਿਆਰੀ ਕਰਕੇ ਆਏ ਸੀ ਸਾਨੂੰ ਤਿਆਰੀ ਕਰਨ ਦੀ ਜਰੂਰਤ ਨਹੀਂ ਕਿਉਂਕਿ 13 ਮਹੀਨੇ ਅਸੀਂ ਜਿਹੜਾ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਸ਼ੁਰੂ ਕੀਤਾ ਸੀ ਉਸ ਵੇਲੇ ਵੀ ਅਸੀਂ ਕਿਹਾ ਸੀ ਕਿ ਅਸੀਂ ਉਸ ਵੇਲੇ ਵੀ ਕਿਹਾ ਸੀ ਕਿ ਇਹ ਲੰਬਾ ਹੀ ਚੱਲੇਗਾ ਸਾਨੂੰ ਤਿਆਰੀ ਕਰਨ ਦੀ ਲੋੜ ਨਹੀਂ ਤੇ ਕਿਸਾਨਾਂ ਦਾ ਵੀ ਜਿਹੜਾ ਹੌਸਲਾ ਜਿਹੜਾ ਹੈ ਉਹ ਲਗਾਤਾਰ ਵਧਿਆ ਹੈ ਤਾਂ ਕਿਸਾਨ ਆਗੂ ਜਿਹੜੇ ਨੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਤਾਂ ਕਿਸਾਨਾਂ ਵੱਲੋਂ ਜਿਹੜੇ ਸਰਕਾਰ ਦੇ ਖਿਲਾਫ ਲਗਾਤਾਰ ਜਿਹੜੀ ਇਹ ਨਾਰੇਬਾਜੀ ਇੱਥੇ ਕੀਤੀ ਜਾ ਰਹੀ ਹੈ ਆਗੂ ਵੀ ਜਿਹੜੇ ਇੱਥੇ ਲਗਾਤਾਰ ਪਹੁੰਚ ਰਹੇ ਨੇ ਸਰਵਣ ਸਿੰਘ ਪੰਦੇਰ ਇੱਥੇ ਪਹੁੰਚ ਚੁੱਕੇ ਨੇ ਲਗਾਤਾਰ ਪੰਦੇਰ ਸਾਹਿਬ ਥੋੜਾ ਲੇਟ ਹੋ ਗਿਆ ਅੱਜ ਕੀ ਕਾਰਨ ਸਰਮ ਦੇ ਲੋਕ ਸਮਰਥਨ ਦੇ ਰਹੇ ਨੇ ਤੁਹਾਨੂੰ ਤੁਹਾਡੀ ਮੰਗਾਂ ਦੇ ਨਾਲ ਜਿਹੜੇ ਸਹਿਮਤ ਨੇ ਕਿ ਲੇਟ ਕਿਉਂ ਹੋ ਗਿਆ ਸਰ ਨਹੀਂ ਠੀਕ ਧੁੰਦ ਬੜੀ ਅੰਮ੍ਰਿਤਸਰ ਦੇ ਵਿੱਚ ਮਾਇਨਸ ਚੱਲ ਰਿਹਾ ਲੋਕਾਂ ਦੀ ਕੋਈ ਕਮੀ ਨਹੀਂ ਆਉਗੀ ਇੱਧਰ ਦੇਖੋ ਟ੍ਰੈਨ ਲੋਕਾਂ ਦੀ ਕੋਈ ਕਮੀ ਨਹੀਂ ਹੈ ਰਾਤ ਤੱਕ ਤੁਰੇ ਆਉਣੇ ਲੋਕਾਂ ਦੀ ਤਿਆਰੀ ਕਿੰਨੇ ਚਿਰ ਤੱਕ ਕਿੰਨੇ ਚਿਰ ਲਈ ਬੈਠੋ ਦੇਣਾ ਦੇਖੋ ਅਸੀਂ ਤਾਂ ਕਿੰਨੇ ਸਾਡੇ ਨਾਲ ਹੁਣ ਮੰਗਾ ਬੈਠ ਕੇ ਹੱਲ ਕਰ ਲੈਣ ਹੁਣ ਵਿਹਲਾ ਕਰ ਲੈਣ ਦਾ ਸਵਾਲ ਨਹੀਂ ਸਵਾਲ ਸਰਕਾਰ ਦੇ ਉੱਤੇ ਹੈ ਵੀ ਸਰਕਾਰ ਕੀ ਕਰਦੀ ਹੈ ਉਹ ਸਰਕਾਰ ਫੈਸਲਾ ਕਰੂ ਕਿੰਨਾ ਚਿਰ ਸਾਨੂੰ ਬੈਠਣ ਲਈ ਮਜਬੂਰ ਕਰਦੀ ਹੈ ਬੈਠਣ ਲਈ ਮਜਬੂਰ ਕਰਦੀ ਪਰ ਜਿੰਨੀਆਂ ਮੰਗਾ ਭੰਦੇਰ ਸਾਹਿਬ ਤੁਹਾਡੇ ਆਗੂ ਖੜਾ ਰਹੇ ਨੇ ਕੀ ਇਹ ਲੱਗਦਾ ਕਿ ਸਰਕਾਰ ਸਾਰੀਆਂ ਮੰਨ ਲੂਗੀ ਇਹ ਲੱਗਦਾ ਜਿਹੜੀਆਂ ਮੰਗਾ ਗਣਾ ਦੁੱਤੀਆਂ ਨੇ ਮੇਰੇ ਖਿਆਲ ਸਰਕਾਰ ਦੀ ਜੇ ਨੀਅਤ ਹੋਵੇ ਕੋਈ ਵੀ ਮਸਲਾ ਹੱਲ ਹੋ ਸਕਦਾ ਪਰ ਜਦੋਂ ਉਹ ਸਾਡੇ ਨਾਲ ਗੱਲ ਕਰੂਗੀ ਅਫਸਰ ਸਾਹੀ ਉਹਨਾਂ ਨੂੰ ਦੱਸ ਦਾਂਗੇ ਉਹ ਦੱਸਣ ਵੀ ਕਿਹੜੀ ਹੱਲ ਨਹੀਂ ਉਹਨਾਂ ਨੇ ਕਿਹੜੀ ਨਹੀਂ ਹੋਣ ਵਾਲੀ ਆ ਸਾਨੂੰ ਤਾਂ ਨਹੀਂ ਲੱਗਦਾ ਬਹੁਤ ਸਾਰੀਆਂ ਮੰਗਾ ਬਹੁਤ ਛੋਟੀਆਂ ਮੰਗਾ ਨੇ ਹੱਲ ਕੀਤੀਆਂ ਜਾ ਸਕਦੀਆਂ ਤੁਹਾਨੂੰ ਜਾਣਕਾਰੀ ਮਿਲਦੀ ਕਹ ਰਹੇ ਫੋਨ ਕੜਕਣੇ ਸ਼ੁਰੂ ਹੋ ਗਏ ਨੇ ਤੁਹਾਡਾ ਸੰਪਰਕ ਕੀਤਾ ਤੁਹਾਡੇ ਨਾਲ ਜਪਨੂ ਸਾਹਿਬ ਦੇ ਨਾਲ ਕੋਈ ਸੰਪਰਕ ਕੀਤਾ ਸਰਕਾਰ ਨੇ ਕੀ ਕਟਣੇ ਸ਼ੁਰੂ ਹੋ ਗਏ ਫੋਨ ਤੁਹਾਨੂੰ ਆਉਣੇ ਸ਼ੁਰੂ ਹੋਏ ਆ ਕਹਿ ਰਹੇ ਨੇ ਸਰਕਾਰ ਨੇ ਸੰਪਰਕ ਕਰਨਾ ਸ਼ੁਰੂ ਕੀਤਾ ਤੁਹਾਡੇ ਨਾਲ ਕਿ ਨਹੀਂ ਹਾਂ ਦੇਖੋ ਕੋਈ ਨਹੀਂ ਇੱਕ ਅਧਿਕਾਰੀ ਆਇਆ ਵੀ ਸਾਡੇ ਨਾਲ ਗੱਲ ਕਰ ਲੋ ਕਰਦੇ ਆ ਗੱਲ ਉਹਨੂੰ ਦੇਖਦੇ ਆ ਮਹਾਲੇ ਹਾਲੇ ਤੱਕ ਕੋ ਠੋਸ ਨਹੀਂ ਹੈਗਾ ਇਹ ਤਾਂ ਗੱਲਾਂ ਮੱਤਾ ਚੱਲਦੀ ਰਹਿੰਦੀਆਂ ਹੁੰਦੀਆਂ ਠੋਸ ਕੋਈ ਨਹੀਂ ਹੈ ਸਰਕਾਰ ਨਾਲ ਗੱਲ ਕਰੋਗੇ ਜਾਂ ਅਧਿਕਾਰੀਆਂ ਨਾਲ ਗੱਲ ਕਰੋਗੇ ਮੰਤਰੀਆਂ ਦੇ ਨਾਲ ਗੱਲ ਸਰਕਾਰ ਜੇ ਅਸੀਂ ਤਾਂ ਮਸਲੇ ਹੱਲ ਕਰਾਉਣ ਵਾਲੇ ਆ ਮਸਲੇ ਹੱਲ ਹੋਣੇ ਚਾਹੀਦੇ ਆ ਜਿਹਦੇ ਨਾਲ ਮਰਜ਼ੀ ਗੱਲ ਕਰਾ ਦੇਣ ਸਾਨੂੰ ਕੋਈ ਨਾ ਅਣਖ ਦਾ ਸਵਾਲ ਨਹੀਂ ਹੈਗਾ ਪਿਛਲੀ ਵਾਰੀ ਸਰਕਾਰ ਨੇ ਭਰੋਸਾ ਦਿੱਤਾ ਇਹਦੀ ਧਰਨਾ ਚੁੱਕਲੇ ਅੱਜ ਕਿਧਰ ਦਾ ਭਰੋਸਾ ਤੁਹਾਨੂੰ ਚਾਹੀਦਾ ਹਣ ਪੰਦੇਰ ਸਾਹਿਬ ਨਹੀਂ ਸਪਸ਼ਟ ਜੀ ਗੱਲ ਹੈ ਜਿਹੜੀਆਂ ਮੰਗਾਂ ਮੰਨੀਆਂ ਜਾਣ ਜਿਵੇਂ ਸੀਹਤ ਪਰਾਂ ਨੂੰ ਨੌਕਰੀ ਮਾਪਜਾ ਮੌਕੇ ਤੇ ਠੀਕ ਹੈ ਜੀ ਇਹ ਤੋਂਗਾ ਇਹ ਤੋਂਗਾ ਜਿਹੜੇ ਆਪਣਾ ਹੈਗਾ ਬਾਸਮਦੀ ਦਾ ਖਰਾਬਾ ਮੌਕੇ ਦੇ ਜਿਹੜੀਆਂ ਚੀਜ਼ਾਂ ਮੌਕੇ ਤੇ ਦੇ ਦੇਣ ਰੋਸਾ ਵੱਜੂਗਾ ਸਾਡਾ ਵੀ ਕੁਝ ਕਰਨ ਵਾਲੀ ਸਰਕਾਰ ਆ ਜੇ ਦੇਣਾ ਕੁਝ ਨਹੀਂਗਾ ਤੇ ਮੇਰੇ ਖਿਆਲ ਮੈਨੂੰ ਲੱਗਦਾ ਮੀਟਿੰਗ ਦਾ ਵੀ ਬਾਲਾ ਕੋ ਮਤਲਬ ਨਹੀਂ ਰਹਿ ਜਾਂਦਾ ਤਾਂ ਜਿਹੜੇ ਤਿੰਨ ਪੁਆਇੰਟ ਤੁਸੀਂ ਹੋਰ ਚੁਣੇ ਨੇ ਅੱਜ ਦੇ ਚਾਰ ਗੋਲੇ ਨੇ ਲਗਾਤਾਰ ਪੁਆਇੰਟ ਖੋਲੀ ਜਾਓਗੇ ਹਾਂ ਬਸ ਇਹਦੀ ਮੀਟਿੰਗ ਕਰਾਂਗੇ ਦੋਆਂ ਦਿਨਾਂ ਬਾਅਦ ਵੇਣੇ ਆ ਪੋਜੀਸ਼ਨ ਕੀ ਆ ਫਿਰ ਉਸਾਂ ਨਾ ਪੁਆਇੰਟ ਖੋਲਾਂਗੇ ਰਾਜ ਇਹ ਗੱਲ ਹੋਉਂਦੀ ਕਿ ਲੋਕਾਂ ਦੀ ਖੱਜਲ ਖਵਾਰੀ ਬਹੁਤ ਜ਼ਿਆਦਾ ਵਾਝੀਗੀ ਇਸ ਦੇ ਇਸ ਅੰਦੋਲਨ ਦੇ ਨਾਲ ਬੜੀ ਮੁਸ਼ਕਲ ਟ੍ਰੇਨਾਂ ਚੱਲੀਆਂ ਸੀ ਠੀਕ ਹੈ ਤੁਹਾਡੀ ਗੱਲ ਪਰ ਸਵਾਲ ਤਾਂ ਹੈ ਵੀ 1 ਮਹੀਨਾ ਪਹਿਲੋ ਨਾਊਂਸਮੈਂਟ ਕੀਤਾ ਇਹ ਤਾਂ 2.5 ਮਹੀਨੇ ਹੋ ਗਏ ਗੱਲਬਾਤ ਕਰਕੇ ਪੋਸਟਪੋਨ ਕਰਤਾ ਜਿਹੜਾ ਸਾਡਾ ਕੰਮ ਹੈ ਵੀ ਲੋਕਾਂ ਲਈ ਹੈ ਸਾਡਾ ਤਾਂ ਨਿੱਜੀ ਨਹੀਂ ਹੈਗਾ ਇਹ ਪੰਜਾਬ ਦੇ ਭੁੱਖ ਲਈ ਲੜਾਈ ਲੜ ਰਹੇ ਆ ਇਹਦੇ ਵਿੱਚ ਪੰਜਾਬ ਦਾ ਭੁੱਖ ਆ ਹੁਣ ਜੇ ਲੋਕ ਜੋ ਖਰਾਬ ਹੋਣਗੇ ਤਾਂ ਚੰਨੀ ਸਰਕਾਰ ਜ਼ਿੰਮੇਵਾਰ ਹੋਊ ਗੱਲ ਕਰ ਲਵੇ ਸਾਡੇ ਨਾਲ ਦੇਵਾਗਰੀ ਦਾ ਲਖੀਮਪੁਰ ਕੀਰੀ ਦੀ ਜੜੀ ਲਖੀਮਪੁਰ ਕੀਰੀ ਦੀ ਘਟਨਾ ਉਹਦੀ ਮੰਗ ਨੂੰ ਤੁਸੀਂ ਇਹਦੇ ਵਿੱਚ ਵੀ ਐਡ ਕਰ ਰਹੇ ਹੋ ਕਿਉਂ ਨਹੀਂ ਦੇਖੋ ਸੈਂਟਰ ਦੀ ਲੈਨ ਹੈ ਉਹਦੇ ਵਿੱਚ ਕਿਉਂ ਨਾ ਠਾਈਏ ਪ੍ਰਚਾਰਪ ਬਲ ਲਖੀਮਪੁਰ ਕੀਰੀ ਵਾਲੇ ਮਸਲੇ ਤੇ ਅਜੇ ਮਿਸ਼ਰਾ ਜੀ ਅਸਤੀਫਾ ਦੇਣ ਤਾਂ ਹੀ ਨਿਰਪੱਖ ਜਾਂਚ ਹੋਊਗੀ ਨਹੀਂ ਤਾਂ ਪ੍ਰਭਾਵਿਤ ਕਰਨਗੇ ਉਹ ਅਜੇ ਵੀ ਨਹੀਂ ਬਾਕੀ ਜਿੰਨਾ ਮੰਗਾਂ ਤੇ ਭਰੋਸਾ ਦਿੱਤਾ ਸਾਨੂੰ ਉਹਨਾਂ ਮੰਗਾਂ ਤੇ ਸਰਕਾਰ ਅੱਗੇ ਵਧੇ ਅਜੇ ਕੇਸ ਇੱਕ ਵਾਪਸ ਨਹੀਂ ਲਿਆ ਗਿਆ ਦਿੱਲੀ ਵਾਲੇ ਮਸਲੇ 'ਚ ਤੁਸੀਂ ਹਣ ਮਿੱਤੇ ਸਮੇਂ ਦਾ ਪ੍ਰਧਾਨ ਸਾਹਿਬ ਕਹੀ ਤੇ ਜਾ ਰਹੇ ਇੱਕ ਸਵਾਲ ਹੋਰ ਆ ਗਿਆ ਯਾਰ ਦਿੱਲੀ ਠੰਡ ਘੱਟ ਸੀ ਕਿ ਦਿੱਲੀ ਅਮਰਸਾ ਜਿੰਨੀ ਠੰਡ ਨਹੀਂ ਪੈਂਦੀ ਤਾਂ ਇੱਥੇ ਠੰਡ ਦੇ ਵਿੱਚ ਲੋਕ ਬੈਠਣਾ ਲੋਕਾਂ ਲਈ ਸੰਭਵ ਤੁਸੀਂ ਸਮਝਦੇ ਹੋ ਵੀ ਜਿਵੇਂ ਰਾਤ ਦੇ ਢੰਡ ਕਿੰਨੀ ਠੰਡ ਹੋ ਜਾਂਦੀ ਟੈਂਪਰੇਚਰ ਹੋ ਜਾਂਦਾ ਆ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮਰਦਾ ਕੀ ਨਹੀਂ ਕਰਦਾ ਕਿਹਦਾ ਦਿਲ ਕਰਦਾ ਵੀ ਇੰਨੀ ਕੜਾਕੇ ਦੀ ਠੰਡ 'ਚ ਰੇਲਾਂ ਤੇ ਪਵੇ ਜਦੋਂ ਕੋਈ ਸੁਣਦਾ ਹੀ ਨਹੀਂ ਹੈਗਾ ਇਹੀ ਬਿਲਕੁਲ ਬਚਦੇ ਆ ਵੀ ਅਸੀਂ ਅੰਦੋਲਨ 'ਚ ਕਰੀਏ ਤਾਂ ਇਹ ਹੁਣ ਲੱਗਦਾ ਪਹਿਲਾਂ ਦਿੱਲੀ ਅੰਦੋਲਨ ਸ਼ਹਾਦਤਾਂ ਹੋਈਆਂ ਮੈਨੂੰ ਲੱਗਦਾ ਇਸ ਅੰਦੋਲਨ 'ਚ ਵੀ ਸ਼ਹਾਦਤਾਂ ਹੋਣਗੀਆਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊ ਇਹ ਕਿਸਾਨ ਆਗੂ ਸਰਮਣ ਸਿੰਘ ਭਦੇਰ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਨਾਰੇਵਾਜੀ ਕੀਤੀ ਜਾ ਰਹੀ ਹੈ ਅਤਿ ਦੀ ਸਰਦੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਟਰੈਕ ਦੇ ਵਿੱਚ ਬੈਠ ਤਾਂ ਗਏ ਨੇ ਪਰ ਇਹਨਾਂ ਦਾ ਸਾਫ਼ ਹੀ ਕਹਿਣਾ ਹੈ ਕਿ ਜਿਹੜੇ ਸਰਕਾਰ ਇਸ ਦੇ ਲਈ ਕਿਤਨਾ ਕਿਤੇ ਸਿੱਧੇ ਤੌਰ ਤੇ ਉੱਤੇ ਜ਼ਿੰਮੇਵਾਰ ਅਸੀਂ ਅਸੀਂ ਜਿਹੜੀ ਹੈ ਲਗਾਤਾਰ ਆਪਣੀਆਂ ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਨੇ ਸਰਕਾਰ ਜਿਹੜੀ ਹੈ ਜੇਕਰ ਹੁਣ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸਾਡੇ ਕੋਲ ਕੋਈ ਆਪਸ਼ਨ ਜਿਹੜੀ ਹੈ ਉਹ ਨਹੀਂ ਬਚਦੀ ਕੋਈ ਕਲਪ ਨਹੀਂ ਬਚਦਾ ਤਾਂ ਕਿਸਾਨ ਜਿਹੜੇ ਨੇ ਜੰਡੇ ਵਾਲਾ ਗੁਰੂ ਦੇ ਟਰੈਕ ਗੁਰੂ ਦੇ ਪ੍ਰੋਟੈਸਟ ਸ਼ੁਰੂ ਕਰ ਚੁੱਕੇ ਨੇ ਰੇਲ ਰੋਕੋ ਅੰਦੋਲਨ ਅੱਜ ਪੰਜਾਬ ਦੇ ਵਿੱਚੋਂ ਸ਼ੁਰੂ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਚਾਰ ਥਾਵਾਂ ਤੇ ਕਿਸਾਨ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਕੈਮਰਾ ਵਰਤੋਂ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ